ਦੇਸ਼ ਦੁਨੀਆ ਚ ਵਾਸਤੇ ਪੰਜਾਬੀਆਂ ਨੂੰ ਖੁਸ਼ਾਮਦੀਤ ਮੈਂ ਹਰਜਿੰਦਰ ਸਿੰਘ ਰੰਦਾਵਾ ਤੋਂ ਸਤਿ ਸ੍ਰੀ ਅਕਾਲ ਪੰਜਾਬ ਟੀਵੀ ਤੇ ਔਰ ਮੇਰੇ ਨਾਲ ਨੇ ਇੱਕ ਅਰਸੇ ਬਾਅਦ ਸਰਦਾਰ ਕੇਸੀ ਸਿੰਘ ਭਾਰਤ ਦੇ ਸਾਬਕਾ سفیر ਸਰਦਾਰ ਸਾਹਿਬ ਜੀ ਆਇਆਂ ਸਤਿ ਸ੍ਰੀਕਾਲ ਰੰਦਾਵਾ ਸਾਹਿਬ ਔਰ ਸਤਿ ਸ੍ਰੀਕਾਲ ਤੁਹਾਡੇ ਦਸ਼ਕਾ ਨੂੰ ਤੁਹਾਡੇ ਪ੍ਰੋਗਰਾਮ ਤੇ ਆਇਆ ਬੜਾ ਟਾਈਮ ਹੋ ਗਿਆ ਬੜਾ ਆਨੰਦ ਆਉਂਦਾ ਔਰ ਮੈਨੂੰ ਲੱਗਦਾ ਹੈ ਕਿ ਅੱਜ ਵੀ ਬੜੀ ਅੱਛੀ ਡਿਸਕਸ਼ਨ ਹੋਏਗੀ ਸਰਦਾਰ ਸਾਹਿਬ ਬਦਲਾਕਲਾ ਇਸ ਖੇਤੇ ਚ ਨਹੀਂ ਆਇਆ ਦੇਸ਼ ਦੀ ਰਾਜਨੀਤੀ ਦੇ ਵਿੱਚ ਵੀ ਭਾਰੀ ਟੁੱਟਪੱਜ ਹੋਈ ਆ 24 ਵਿੱਚ ਮੋਦੀ ਸਾਹਿਬ ਦਾ ਅਜੇਤੂ ਰਥ ਰੁਕ ਜਾਏਗਾ ਜਾਂ ਇਵੇਂ ਹੀ ਚੱਲਦਾ ਰਹੇਗਾ ਕੇਜਰੀਵਾਲ ਕਿਸੇ ਜਗ੍ਹਾ ਤੇ ਨਵੀਂ ਜਗ੍ਹਾ ਤੇ ਪੰਜਾਬ ਤੋਂ ਇਲਾਵਾ ਭਾਜਪਾ ਨੂੰ ਰੋਕ ਲੈਣਗੇ ਮੰਮਤਾ ਬੈਨਰਜੀ ਕੋਈ ਮਾੜਾ ਮੋਟਾ ਦੂਜੀਆਂ ਪਾਰਟੀਆਂ ਨਾਲ ਰਲ ਕੇ ਚੱਲਣਗੇ ਨਤੀਸ਼ ਕੁਮਾਰ ਚਿਹਰਾ ਹੋ ਸਕਦੇ ਆ ਤੇ ਇਸ ਖੇਤੇ ਦੀ ਰਾਜਨੀਤੀ ਇਹਨਾਂ ਸਾਰਿਆਂ ਦੀ ਵਿਆਖਿਆ ਕਰਨ ਦਾ ਯਤਨ ਕਰਦੇ ਆ ਪਰ ਮੈਨੂੰ ਤੁਸੀਂ ਦੱਸਿਓ ਕਿ ਇਸ ਵੇਲੇ ਦੇ ਦ੍ਰਿਸ਼ ਨੂੰ ਤੁਸੀਂ ਕਿਵੇਂ ਪ੍ਰਭਾਸ਼ਿਤ ਕਰਨਿਓ ਰਦਾਵਾ ਸਾਹਿਬ ਤੁਹਾਨੂੰ ਪਤਾ ਹੈ ਹੈਰਲਡ ਵਿਟਸਨ ਪ੍ਰਧਾਨ ਮੰਤਰੀ ਸੀਗੇ ਇੰਗਲੈਂਡ ਦੇ ਬਹੁਤ ਸਾਲ ਬਹੁਤ ਬਹੁਤ ਅਰਸਾ ਪਹਿਲਾਂ ਉਹਨਾਂ ਨੇ ਇੱਕ ਬੜੀ ਦਿਲਚਸਪ ਗੱਲ ਕਹੀ ਕਹਿੰਦੇ ਪੋਲਿਟਿਕਸ ਦੇ ਵਿੱਚ ਇੱਕ ਹਫਤਾ ਵੀ ਬਹੁਤ ਵੱਡਾ ਅਰਸਾ ਹੁੰਦਾ ਹੈ ਲੋਕ ਕਹ ਰਹੇ ਸੀ 2024 ਚ ਮੋਦੀ ਸਾਹਿਬੇ ਤਾਂ ਆਣਾ ਹੀ ਆਣਾ ਹੈ ਹਾਂ ਬਾਕੀ ਹੋਰ ਚੀਜ਼ਾਂ ਤੁਸੀਂ ਆਪਣਾ ਵੰਡ ਵੰਡਾਰ ਜਿਹੜੀ ਕੰਨੀ ਕਰ ਲੋਗੇ ਸਟੇਟਾਂ ਸੂਟੇਂਟ ਸੀਟਾਂ ਵੰਡ ਸਕਦੇ ਆ ਜਾਂ ਸਟੇਟਾਂ ਚ ਆਪਣੀ ਸਰਕਾਰ ਰੱਖ ਸਕਦੇ ਹੋ ਤਾਂ ਰੱਖ ਲੋ ਏ ਦੇਚ ਤਾਂ ਕੋਈ ਤਬਦੀਲੀ ਨਹੀਂ ਆ ਸਕਦੀ ਮੈਂ ਕਹਿੰਦਾ ਹਾਂ ਆਹੀ ਕਹਿੰਦਾ ਹੁੰਦਾ ਸੀ ਕਿ ਹੈਰੋਲਡ ਵਿਲਸਨ ਨੇ ਬੜਾ ਸੋਚ ਸਮਝ ਕੇ ਕਿਹਾ ਕਿ ਤਬਦੀਲੀ ਤਾਂ ਇੱਕ ਹਫਤੇ ਚ ਆ ਜਾਂਦੀ ਹੈ 9 ਅਗਸਤ ਨੂੰ ਜਿਹੜਾ ਪਲਟਾ ਚੀਫ ਮਨਿਸਟਰ ਬਿਹਾਰ ਨਿਤਰਿਸ਼ ਕੁਮਾਰ ਜੀ ਨੇ ਮਾਰਿਆ ਉਹਦਾ ਇਨਾ ਅਸਰ ਹੈ ਉਹਦੇ ਨਾਲ ਹਿਲ ਗਈ ਹੈ ਪੂਰੀ ਸੱਤਾ ਕਿਉਂ ਹਿਲ ਗਈ ਹੈ 40 ਸੀਟਾਂ ਬਿਹਾਰ ਦੀਆਂ 48 ਸੀਟਾਂ ਮਹਾਰਾਸ਼ਟra ਦੀਆਂ ਇਹ 88 ਸੀਟਾਂ ਚੋਂ 80 ਸੀਟਾਂ ਬੀਜੇਪੀ ਤੇ ਇਹਨਾਂ ਦੇ ਨਾਲ ਜਿਹੜੇ ਜੁੜੇ ਹੋਏ ਪਾਰਟੀਆਂ ਸੀਗੀਆਂ ਉਹਨਾਂ ਕੋਲ ਸੀ ਜੇ ਤੁਸੀਂ ਇਹਨਾਂ ਦੇ 340 50 ਲੋ ਯੂਪੀਏ ਦੀਆਂ ਸੀਟਾਂ ਜੇ 80 ਕੱਢ ਦੋ 270 ਤੇ ਆ ਜਾਂਦੇ ਹੋ ਤੁਸੀਂ ਬਾਕੀ ਸੂਬਿਆਂ ਦੇ ਬਿਨਾ ਹੁਣ ਬਿਹਾਰ ਦੇ ਵਿੱਚ ਉਹ 40 ਦੇ ਵਿੱਚੋਂ ਇਹਨਾਂ ਕੋਲ ਤਕਰੀਬਨ 80 ਚੋਂ ਅਧੀਆਂ ਬੀਜੇਪੀ ਦੀਆਂ ਸੀ 40 ਔਰ 40 ਸੀ ਇਹਨਾਂ ਦੀਆਂ ਸਾਥੀ ਪਾਰਟੀਆਂ ਦੀਆਂ ਮਹਾਰਾਸ਼ਟਰ ਜਿਹਨਾਂ ਨੇ ਪੰਗਾ ਛੇੜ ਲਿਆ ਸ਼ਿਪ ਸੈਨਾ ਨਾਲ ਉਹਨੂੰ ਤੋੜ ਕੇ ਸ਼ਿੰਡੇ ਨੂੰ ਬਾਹਰ ਲਿਆਏ ਨਾ ਸਰਕਾਰ ਤੁਸੀਂ ਬਣਾ ਸਕਦੇ ਹੋ ਡੰਡ ਭੇ ਡੰਡੇ ਦੇ ਨਾਲ ਲੇਕਿਨ ਤੁਸੀਂ ਲੋਗਾ ਨੂੰ ਨਾਲ ਜੋੜ ਸਕਦੇ ਹੋ ਕਿ ਨਹੀਂ ਉਹ ਪਤਾ ਲੱਗ ਜਾਏਗਾ ਉਹਨੇ ਬੰਬੇ ਦੀ ਮਿਊਨਿਸਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਣੀ ਹੈ ਹਿੰਦੁਸਤਾਨ ਦਾ ਕੋਈ ਸ਼ਿਵ ਮੰਤਰੀ ਨਹੀਂ ਹੋਇਆ ਜਿਹਦੇ ਕੋਲ ਨਾ ਤਾਂ ਫਾਈਨੈਂਸ ਮਿਨਿਸਟਰੀ ਹੋਵੇ ਨਾ ਹੋਮ ਮਿਨਿਸਟਰੀ ਹੋਵੇ ਦੋਨਾਂ ਚੋਂ ਇਕਤਾ ਹੋਵੇ ਉਹ ਦੋਨੋਂ ਚੀਜ਼ ਡਿਪਟੀ ਚੀਫ ਮਿਨਿਸਟਰ ਫਰਨਾਵਿਸ ਕੋਲ ਹੈ ਸੋ so, ਔਰ शिंदे ਸਾਹਿਬ ਇੰਜ ਲੱਗਦਾ ਹੈ ਕਿ ਨਾਂ ਦੇ ਹੀ ਮਹਾਰਾਜਾ ਨੇ ਔਰ ਇਹਨਾਂ ਕੋਲ ਹੱਥ ਭਲੇ ਕੁਝ ਹੈ ਨਹੀਂ ਔਰ ਉਹਦਾ ਅਸਰ ਪਏਗਾ ਜਦ ਇਲੈਕਸ਼ਨ ਹੋਏਗੀ ਕਿਉਂਕਿ ਠਾਕਰੇ ਫੈਮਿਲੀ ਨਾਲ ਕੀ ਮਰਾਠਾ ਹਲੇ ਵੀ ਜੁੜਿਆ ਹੋਇਆ ਹੈ ਜਾਂ ਨਹੀਂ ਜੁੜਿਆ ਹੋਇਆ ਲੱਗ ਜਾਏਗਾ ਪਤਾ ਸੋ ਇਸ ਕਰਕੇ ਇਹ ਜਿਹੜਾ ਬਦਲਾਅ ਆ ਗਿਆ ਉਹ ਬਦਲਾਅ ਦੇ ਇੱਕ ਹੋਰ ਕਾਰਨ ਹੈ ਹੁਣ ਤਾਂ ਹੀ ਹਿੰਦੂ ਹਿੰਦੀ ਬੋਲਣ ਵਾਲੇ ਏਰੀਆ ਚੋਂ ਕੋਈ ਲੀਡਰ ਨਹੀਂ ਸੀ ਉੱਠਿਆ ਜਿਹੜਾ ਮੁਕਾਬਲਾ ਕਰ ਸਕੇ ਕਰ ਸਕੇ ਮੋਦੀ ਸਾਹਿਬ ਦਾ ਨਿਤਿਸ਼ ਕੁਮਾਰ ਪਿਛਲੇ ਉਹਦੇ ਕਾਸਟ ਆਉਂਦੇ ਨੇ ਉਹ ਵੀ ਅੱਗੇ ਉਹ ਫਾਰਵਰਡ ਕਾਸਟ ਨਹੀਂ ਹੈਗੇ ਮੋਦੀ ਸਾਹਿਬ ਜਿਹੜਾ ਐਡਵਾਂਟੇਜ ਜਾਂਦੇ ਉਹ ਹੀ ਨਿਤਿਸ਼ ਕੁਮਾਰ ਜੀ ਨੂੰ ਐਡਵਾਂਟੇਜ ਆਉਂ ਕੁਰਮੀ ਨੇ ਔਰ ਉਹ 15 ਸਾਲ ਤਕਰੀਬਨ ਉਹਨਾਂ ਨੇ ਸੂਬਾ ਚਲਾਇਆ ਉਦੋਂ ਪਹਿਲਾਂ ਰੇਲਵੇ ਮਿਨਿਸਟਰ ਰਹੇ ਨੇ ਸੋ ਇਸ ਕਰਕੇ ਉਹਨਾਂ ਦੇ ਐਕਸਪੀਰੀਅੰਸ ਹੈ ਉਹਨਾਂ ਦੀ ਗੱਲ ਕਰਨ ਦੀ ਬੋਲਣ ਦਾ ਤਰੀਕਾ ਉਹ ਪਬਲਿਕ ਦੇ ਵਿੱਚ ਕਦੇ ਹਰਕਿਚ ਨਹੀਂ ਆਉਂਦੇ ਉਹ ਜਵਾਬ ਉਦੋਂ ਉਹਨਾਂ ਨੂੰ ਜਾਬੀ ਲਾਰੇ ਸੀ মিডিਆ ਵਾਲੇ ਕਹਿਣ ਲੱਗੇ ਕਿ ਉਹ ਉਹ ਤਾਂ ਕਹਿ ਰਿਹਾ ਜੰਗਲ ਰਾਜ ਵਾਪਸ ਆ ਗਿਆ ਤੁਸੀਂ ਇਹਨਾਂ ਦੇ ਨਾਲ ਚਲੇ ਗਏ ਲਾਲੂ ਯਾਦਵ ਦੀ ਪਾਰਟੀ ਦੇ ਉਹ ਕਹਿਣ ਲੱਗੇ ਇਹ ਗੱਲ ਦਾ ਮੈਂ ਜਵਾਬ ਫੇਰ ਦੇਵਾਂਗਾ ਸਾਨੂੰ ਗੱਲ ਉਹਨਾਂ ਮੁੱਦਿਆਂ ਤੇ ਕਰੀਏ ਜਿਹੜੇ ਅੱਜ ਦੇ ਮੁੱਦੇ ਨੇ ਸੋ ਇਸ ਕਰਕੇ ਉਹਨੂੰ ਟਰਕਾ ਗਏ ਦੂਜੀ ਗੱਲ ਹੈ ਕਿ ਜਿਹੜਾ ਪੁਚਾਲ ਕਾਂਗਰਸ ਦੇ ਵਿਚਾਰੇ ਆ ਉਹਦਾ ਫਾਇਦਾ ਕਿ ਨੁਕਸਾਨ ਹੈ ਕਿਉਂਕਿ ਇਹ ਦੋ ਗੱਲਾਂ ਹੋਈਆਂ ਕਿ ਆਮ ਆਦਮੀ ਪਾਰਟੀ ਨੂੰ ਹੁਣ ਟਾਈਮ ਬੀਜੇਪੀ ਬਰਦਾਸ਼ਤ ਕਰ ਰਹੀ ਸੀ ਕਿ ਦਿੱਲੀ ਚ ਇਹਨਾਂ ਨੂੰ ਜਖੜੀ ਰੱਖੋ ਉੱਥੇ ਐਲਜੀ ਇਹਨਾਂ ਦੇ ਉੱਤੇ ਲਾ ਕੇ ਇਹਨਾਂ ਨੂੰ ਚੱਲਣ ਨਾ ਦਿਓ ਲੇਕਿਨ ਹੋਰ ਜਗ੍ਹਾ ਇਹਨਾਂ ਦਾ ਫਾਇਦਾ ਹੈ ਕਿਉਂਕਿ ਜਿੱਥੇ ਵੀ ਜਾਂਦੇ ਸੀ ਗੋਆ ਚ ਗਏ ਉਤਰਾਖੰਡਸ ਗਏ ਕਾਂਗਰਸੀਆਂ ਵੋਟਾਂ ਵੰਗਾਰਦੇ ਆ ਸੋ ਕਾਂਗਰਸੀਆਂ ਵੋਟਾਂ ਤੋੜ ਕੇ ਬੀਜੇਪੀ ਜਦਕਿ ਉਹਨਾਂ ਦੀ ਸਰਕਾਰ ਵੀ ਸੀ ਐਨਟੀ ਇੰਕੰਬੈਂਸੀ ਦੇ ਬਾਵਜੂਦ ਬੀਜੇਪੀ ਜਿੱਦਦੀ ਰਹੀ ਜੀ ਲੇਕਿਨ ਪੰਜਾਬ ਜਿੱਤਣ ਦੇ ਬਾਅਦ ਬੀਜੇਪੀ ਨੇ ਕਿਹਾ ਕਿ ਇਹ ਤਾਂ ਉਦੋਂ ਵੀ ਵੱਡਾ ਯੂਰੋ ओके मुसीबत ਤਾਂ ਆਪਣੀ ਗੜ ਲੈ ਲਈ ਆਪਾਂ ਕਿਉਂਕਿ ਹੁਣ ਕੇਜਰੀਵਾਲ ਸਾਹਿਬ ਖੁੱਲ ਕੇ ਸਾਹਮਣੇ ਆ ਗਏ ਉਹਨੇ ਕਿਹਾ ਮੈਂ ਹਿਮਾਚਲ ਚ ਵੀ ਹੁਣ ਮੈਂ ਸਿਰਫ ਵੋਟਾਂ ਨਹੀਂ ਖਰਾਬ ਕਰਨੀ ਐ ਮੈਂ ਤੁਹਾਨੂੰ ਹਰਾਉਣਾ ਐ ਮੈਂ ਤੁਹਾਨੂੰ ਗੁਜਰਾਤ ਚ ਵੀ ਹਰਾਉਣਾ ਮੈਂ ਤੁਹਾਨੂੰ ਹਿੰਦੁਸਤਾਨ ਚ ਵੀ ਹਰਾਉਣਾ ਉਹ ਲੜਾਈ ਜਿਹੜੀ ਲੱਗੀ ਇਹਨਾਂ ਦੇ ਵਿੱਚ ਫਿਰ ਈਡੀ ਤੇ ਇਹ ਦੂਜਾ ਕਾਰਵਾਈ ਕਿਉਂਕਿ ਭਾਜਪਾ ਨੂੰ ਕਿਸੇ ਚੀਜ਼ ਦੀ ਤਕਲੀਫ ਪਹੁੰਚ ਰਹੀ ਐ ਉਹਦਾ ਇੱਕੋ ਹੀ ਪਤਾ ਲੱਗਦਾ ਐ बुखार थोनू इकੋ ਹੀ ਚੜੇਗਾ ਕਿ ईडी ਤੁਹਾਡੇ ਪਿੱਛੇ ਪੈ ਜੇਗੀ सीबीआई ਵੀ ਨਹੀਂ ਉਨੀ ਜ਼ਿਆਦਾ ईडी ਕਿਉਂਕਿ सीबीआई ਦਾ ਡਾਇਰੈਕਟਰ ਹਲੇ ਸੁਪਰੀਮ ਕੋਰਟ ਚੁਣਦਾ ਹੈ ईडी ਦਾ ਡਾਇਰੈਕਟਰ ਜਿਹਨੂੰ ਮਰਜ਼ੀ ਲਾ ਲੈਣ ਇਹਨਾਂ ਨੇ ਕਾਨੂੰਨ ਵੀ ਪਾਸ ਕਰ ਲਿਆ ਹੈ ਕਿ ਉਹਨੂੰ ਜਿੰਨੀ ਮਰਜ਼ੀ ਐਕਸਟੈਂਸ਼ਨਾਂ ਦੇ ਜਾਓ ਜਿਹੜਾ ਤੁਹਾਡਾ ਖਾਸ ਬੰਦਾ ਹੋਵੇ ਉਹਨੂੰ ਲਾ ਕੇ ਜਿੰਨੀ ਮਰਜ਼ੀ ਐਕਸਟੈਂਸ਼ਨ ਉਹ ਤਾਂ ਫਿਰ ਤੁਹਾਡਾ ਆਪਣਾ ਹੀ ਹੋ ਗਿਆ ਬੰਦਾ ਉਹ ਕੋਈ ਇੰਡੀਪੈਂਡੈਂਟਲੀ ਫੰਕਸ਼ਨ ਨਹੀਂ ਕਰ ਸਕਦਾ ਇੱਕ ਪੀਆਈਐਲ ਸੁਪਰੀਮ ਕੋਰਟ ਦੇ ਅੱਗੇ ਮੈਂ ਵੀ ਉਹਦੇ ਨਾਲ ਜੁੜਿਆ ਹੋਇਆ ਹਾਂ ਕਿ ਇਹ ਐਕਸਟੈਂਸ਼ਨਾਂ ਬਿਲਕੁਲ ਗਲਤ ਨੇ ਜਿਹੜੀਆਂ ਇਹੇ ਜਿਹਾਂ ਸੰਸਥਾਵਾਂ ਹੈਗੀਆਂ ਜਿਹੜੀਆਂ ਰੈਫਰੀ ਦਾ ਕੰਮ ਕਰਦੀਆਂ ਉਹਨਾਂ ਦੇ ਜੇ ਡਾਇਰੈਕਟਰ ਨੂੰ ਤੁਸੀਂ ਜਿੰਨੀ ਮਰਜ਼ੀ ਐਕਸਟੈਂਸ਼ਨ ਦੇਈ ਜਾਓਗੇ ਉਹ ਤਾਂ ਫਿਰ ਤੁਹਾਡਾ ਥੋੜ੍ਹੀ ਰਾਖੀ ਕਰੇਗਾ ਉਹ ਦੇਸ਼ ਦੀ ਆ ਆਪਣਾ ਜਿਹੜਾ ਉਹਨੇ ਪਰਨ ਲਿਆ ਉਹਦੀ ਰਾਖੀ ਨਹੀਂ ਕਰੇਗਾ ਉਹ ਸੁਪਰੀਮ ਕੋਰਟ ਦੇਖਦੇ ਆਏ ਦੇ ਤੇ ਕੀ ਫੈਸਲਾ ਕਰਦੀ ਹੈ ਕਿ ਤੁਸੀਂ ਇਹ ਨਹੀਂ ਹਰੇਕ ਸਾਲ ਵਧਾ ਦਿਓ ਉਹਨੂੰ ਇੱਕ ਇੱਕ ਸਾਲ ਕਰਕੇ ਤਾਂ ਉਹਦਾ ਤਾਂ ਨੁਕਸਾਨ ਹੋਏਗਾ ਥੋ ਇਸ ਕਰਕੇ ਦੇਸ਼ ਦਾ ਮਾਹੌਲ ਬਦਲ ਗਿਆ ਕਿਉਂਕਿ ਜੇ ਜਿਹੜਾ ਇਹਨਾਂ ਨੇ ਅਟੈਕ ਕੀਤਾ ਜਿਵੇਂ ਐਮਰਜੈਂਸੀ ਦੇ ਦੌਰਾਨ ਹੋਇਆ ਸੀ ਆਪੋਜੀਸ਼ਨ ਦੇ ਜਿੰਨੇ ਵੀ ਲੀਡਰ ਇਹ ਸੋਚ ਰਹੇ ਸੀ ਅਸੀਂ ਪ੍ਰਧਾਨ ਮੰਤਰੀ ਬਣ ਸਕਦੇ ਹਾਂ ਉਹ ਥੋੜੇ ਪਿੱਛੇ ਹਟ ਗਏ ਮਮਤਾ ਬੈਨਰਜੀ ਵੀ ਦਿੱਲੀ ਆ ਕੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਮੇਰੇ ਖਿਆਲ ਹਥਿਆਰ ਸਿੱਟ ਗਏ ਉਹਨਾਂ ਕਿਉਂਕਿ ਉਹਨਾਂ ਨੂੰ ਸੁਣਿਆ ਫਾਈਲਾਂ ਦਿਖਾਤੀਆਂ ਉਹਨਾਂ ਦੇ ਭਤੀਜੇ ਤੇ ਜਿਹੜੀਆਂ ਇਕੱਠੀਆਂ ਕੀਤੀਆਂ ਹੋਈਆਂ ਇਹਨਾਂ ਕੋਲ ਤਾਂ ਤਰੀਕਾ ਇੱਕੋ ਹੈ ਬੁਲਾ ਕੇ ਫਾਈਲਾਂ ਦਿਖਾਉਂਦੇ ਆ ਕਿ ਜਾਂ ਤਾਂ ਤੁਸੀਂ ਲਾਈਨ ਤੇ ਆ ਜਾਓ ਜਾਂ ਫਿਰ ਆਇਆ ਤੁਹਾਡੇ ਕੋਲ ਸੋ ਇਸ ਕਰਕੇ ਜਿੰਨੇ ਵੱਡੇ ਲੀਡਰ ਸੀ ਉਹਨਾਂ ਤੇ ਜਦ ਧੱਕਾ ਕੀਤਾ ਉਹ ਇੱਕ ਤਰ੍ਹਾਂ ਨਾਲ ਜਿਵੇਂ ਮਾਇਆਵਤੀ ਸ਼ਾਂਤ ਬੈਠੇ ਨੇ ਉਹ ਕਿੰਨਾ ਚਿਰ ਸ਼ਾਂਤ ਰਹਿਣਗੇ ਯੂਪੀ ਦੇ ਵਿੱਚ ਦੇਖਦੇ ਆ ਸੋ ਇਹ ਮਾਹੌਲ ਜਿਹੜਾ ਬਦਲੇ ਨਿਤਿਸ਼ ਕੁਮਾਰ ਜੀ ਦੇ ਆਣ ਨਾਲ ਕਿਉਂਕਿ ਉਹ ਜ਼ਾਹਿਰ ਹੈ ਕਿ ਉਹ ਸੈਂਟਰ ਦੀ ਪੋਲਿਟਿਕਸ ਚੋਂ ਆਣਗੇ ਆਣਗੇ ਉਹ 2024 ਦੇ ਬਾਅਦ ਤੇਜਸਵੀ ਨੂੰ ਚੀਫ ਮਨਿਸਟਰ ਦੀ ਕੁਰਸੀ ਮਿਲ ਜੇਗੀ ਇਹ ਸੌਦਾ ਇਦੋਂ ਘਟ ਨਹੀਂ ਹੋਇਆ ਹੋਣਾ ਜਿਹੜੇ ਦੋਨੋਂ ਪਾਰਟੀਆਂ ਇਕੱਠੀਆਂ ਹੋਈਆਂ ਔਰ ਇਹ ਤਾਂ ਹੋਇਆ ਕਿਉਂਕਿ ਨਿਤਿਸ਼ ਕੁਮਾਰ ਜੀ ਨੂੰ ਲੱਗਿਆ ਜੋ ਕੁਝ ਮਹਾਰਾਸ਼ਟਰ ਚ ਬੀਤੇ ਆ ਜਿਸ ਤਰੀਕੇ ਨਾਲ ਇਹਨਾਂ ਨੇ ਸ਼ਿਵ ਸੈਨਾ ਦੇ ਨਾਲੋਂ शिंदे ਨੂੰ ਤੋੜ ਕੇ ਹੋਰ ਆਪਣੇ ਇੱਕ ਪੁਰਾਣੀ ਸਾਥੀ ਪਾਰਟੀ ਨਾਲ ਬਦਲਾ ਲਿਆ ਉਹ ਇਹ ਵੀ ਇਹਨਾਂ ਦਾ ਇੱਕ ਕੁਰਮੀ ਲੀਡਰ ਮਿਸਟਰ ਸਿੰਘ ਜਿਹੜੇ ਪਾਰਲੀਮੈਂਟ ਦੇ ਵਿੱਚ ਇਹਨਾਂ ਨੇ ਰਾਜ ਸਭਾ ਦੀ ਸੀਟ ਨਹੀਂ ਦਿੱਤੀ ਨਿਤਿਸ਼ ਕੁਮਾਰ ਨੇ ਉਹ ਇਹਨਾਂ ਦੇ ਪੁਰਾਣੇ ਇਹਨਾਂ ਨਾਲ ਕੰਮ ਕਰਦੇ ਰਹੇ ਆ ਉਹਨੂੰ ਭਾਜਪਾ ਨੇ ਜਿੱਤ ਲਿਆ ਸੀ ਤਾਂ ਇਸ ਕਰਕੇ ਲੜਾਈ ਇਸ ਗੱਲ ਤੋਂ ਵੱਡੀ ਨਿਤਿਸ਼ ਕੁਮਾਰ ਜੀ ਨੂੰ ਲੱਗਿਆ ਕਿ ਉਹੀ ਕੁਸ਼ ਮੇਰੇ ਤੇ ਕਰਨ ਜਾ ਰਹੇ ਨੇ ਇਹਨਾਂ ਨੇ ਸੀਐਮ ਤਾਂ ਮੈਨੂੰ ਰਹਿਣ ਨਹੀਂ ਦੇਣਾ ਅਗਲੀ ਇਲੈਕਸ਼ਨ ਦੇ ਬਾਅਦ ਸੋ ਇਸ ਲਈ ਖੇਲਾ ਸੈਂਟਰ ਦਾ ਮੈਂ ਖੇਲਾ ਉਹਦੇ ਨਾਲ ਮਾਹੌਲ ਗਿਆ ਬਦਲ ਕਿਉਂਕਿ ਉਹ ਬੀਜੇ ਪਹਿਲੀ ਇੰਨੀ ਸਿੱਧੀ ਖੇਡ ਨਹੀਂ ਹੈ ਜਿੰਨੀ ਲੱਗ ਰਹੀ ਸੀਗੀ 1 ਮਹੀਨਾ ਪਹਿਲਾਂ 9 ਅਗਸਤ ਤੋਂ ਔਰ ਹਲੇ ਤਾਂ ਗੇਮ ਸ਼ੁਰੂ ਹੋਈ ਹੈ ਖੇਲਾ ਜਿਵੇਂ ਉਹ ਕਹਿੰਦੀ ਹੈ ਮਾਇਆਵਤੀ ਖੋ ਖੇਲਾ ਸ਼ੁਰੂ ਹੋਇਆ ਹਲੇ ਤਾਂ ਬਿਲਕੁਲ ਹਾਂ ਮਮਤਾ ਬਨਰਜੀ ਕਹਿੰਦੇ ਜਿਵੇਂ ਔਰ ਲੇਕਿਨ ਲੇਕਿਨ ਇਹਦੇ ਵਿੱਚ ਮੈਂ ਜਿਹੜਾ ਉੱਤਰ ਪ੍ਰਦੇਸ਼ ਵਰਗਾ ਵੱਡਾ ਹਿੱਸਾ ਹੈ ਵੱਡਾ ਸੈਗਮੈਂਟ ਹੈ ਬਿਹਾਰ ਦੀ ਚੱਕ ਥੱਲ ਉੱਤਰ ਪ੍ਰਦੇਸ਼ ਦੇ ਵਿੱਚ ਵਰਕ ਕਰੂ ਨੰਬਰ 1 ਪਰ ਜਿਸ ਤਰ੍ਹਾਂ ਦੀ ਦਿੱਲੀ ਦੇ ਵਿੱਚ ਇੱਕ ਲੜਾਈ ਹੈ ਆਰਐਸਐਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਕੇਜਰੀਵਾਲ ਵੀ ਕੋਈ ਬਹੁਤ ਮਾੜਾ ਨਹੀਂ ਲੱਗਦਾ ਕੇਜਰੀਵਾਲ ਔਰ ਮੋਦੀ ਸਾਹਿਬ ਸਮਾਨਾਂਤਰ ਜੇ ਅੱਗੇ ਵਧਦੇ ਜਾਂਦੇ ਆ ਤੇ ਕਾਂਗਰਸ ਨੂੰ ਪਾਸੇ ਰੱਖਣ ਦਾ ਤੌਰ ਤਰੀਕਾ ਹੋ ਸਕਦਾ ਪਰ ਦੇਸ਼ ਦੀ ਰਾਜਨੀਤੀ ਵਿੱਚ ਤੁਸੀਂ ਕਿਵੇਂ ਸਮਝਦੇ ਹੋ ਇਹਨੂੰ ਕਿ ਜੇ ਹਿਮਾਚਲ ਦੇ ਵਿੱਚ ਕੋਈ ਜਕਰ ਜੋਗ ਇਹ ਆਪਣਾ ਸਥਾਨ ਦਿਖਾ ਜਾਂਦੇ ਆ ਔਰ ਉਸ ਤੋਂ ਬਾਅਦ ਗੁਜਰਾਤ ਵਿੱਚ ਕਿਉਂਕਿ ਧੀਰ ਤੋਂ ਕਾਂਗਰਸ ਉੱਤੇ ਮਰੀ ਪਈ ਹੈ ਔਰ ਗੁਜਰਾਤ ਵਿੱਚ ਲੋਕ ਭਾਜਪੀ ਤਾਂ ਬਦਲ ਭਾਲਦੇ ਨੇ ਔਰ ਪਿਛਲੀ ਦੋ ਵਾਰੀ ਵੀ ਦੇਖਿਆ ਇਹਨਾਂ ਨੇ ਹਾਲਾਂਕਿ ਹਾਰਦਿਕ ਪਟੇਲ ਵੀ ਫੇਲ ਹੋਇਆ ਉੱਥੇ ਹੋਰ ਵੀ ਲੋਕ ਫੇਲ ਹੋਏ ਆ ਤੁਸੀਂ ਇਸ ਸਾਰੇ ਦ੍ਰਿਸ਼ ਨੂੰ ਜੇ ਕੰਪਾਈਲ ਕਰਦੇ ਹੋ ਕੇਜਰੀਵਾਲ ਦੀ ਰਾਜਨੀਤੀ ਕੋਈ ਬਚਦੀ ਹੈ ਜਾਂ ਬਹੁਤ ਛੋਟੇ ਪੱਦਰ ਤੇ ਹੋਊਗੀ ਦੇਖੋ ਕੇਜਰੀਵਾਲ ਅ ਇਹ ਚਾਹੁੰਦੇ ਨੇ ਕਿ ਮੈਂ ਇੱਕ ਤਰ੍ਹਾਂ ਇੱਕ ਦਿਨ ਪ੍ਰਾਈਮ ਮਿਨਿਸਟਰ ਬਣਾ ਲੇਕਿਨ ਇੱਕ ਛਾਲ ਨਾਲ ਤੁਸੀਂ ਪ੍ਰਾਈਮ ਮਿਨਿਸਟਰ ਦੀ ਗੱਦੇ ਤੇ ਨਹੀਂ ਜਾ ਸਕਦੇ ਪੰਜਾਬ ਚੋਂ ਕਿੰਨੀਆਂ 13 ਚੋਂ ਪਿੱਛੇ ਇੰਡੀਆ ਟੁਡੇ ਦੀ ਪੋਲ ਨੇ ਕਹਤਾ ਜੀ 11 ਜਿੱਤ ਜਾਣਗੇ ਅੱਜ ਦੀ ਹਾਲਾਤ ਕਹਿ ਸਕਦੇ 11 ਜਿੱਤ ਜਾਣਗੇ ਜਦ ਤਾਂ ਹੀ ਇਲੈਕਸ਼ਨ ਹੋਏਗੀ ਹੋਰ ਬੰਦੇ ਵਿੱਚ ਖੜੇ ਹੋਣਗੇ 5 ਜਿੱਦਿਆ 7 ਚਲੋ 10 ਚਲੋ 7 ਜਿੱਤ ਜਾਂਦੇ ਆ ਨਾ ਦਿੱਲੀ ਦੀਆਂ ਜਿਹੜੀਆਂ ਹੈਗੀਆਂ ਉਹ ਇੱਕ ਪਾਸੇ ਹੀ ਜਾਂਦੀਆਂ ਅੱਗੇ ਆਪਣੀ ਸਰਕਾਰ ਬਣਾ ਲੈਂਦੇ ਆ ਲੇਕਿਨ ਪਾਰਲੀਮੈਂਟ ਦੀਆਂ ਸੀਟਾਂ ਜਿਹੜੀਆਂ ਉਹ ਭਾਜਪਾ ਨਾਲ ਗਈਆਂ ਉਹ ਸੋ ਜੇ ਉਹ ਨਹੀਂ ਵੀ ਚਲੋ ਮੈਂ ਕਹਣਾ ਬੀਜਪੀ ਨਾਲ ਜਾਂਦੀ ਹੈ ਇਹ ਦੋਨੋਂ ਸੂਬਿਆਂ ਨੂੰ ਮਿਲਾ ਕੇ 10 11 ਸੀਟਾਂ ਜਿੱਤ ਲੈਂਦੇ ਉਹਦੇ ਨਾਲ ਤਾਂ ਤੁਸੀਂ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ ਨਹੀਂ ਬਣ ਸਕਦੇ ਕਿਉਂਕਿ ਨਿਤੇਸ਼ ਕੁਮਾਰ ਜੀ ਜਿੱਤ ਕੇ ਆਣਗੇ ਕਮ ਸੇ ਕਮ 15 20 25 ਆਪਣੀਆਂ ਆ ਮਮਤਾ ਜੀ ਜਿੱਤ ਕੇ ਆਉਣਗੇ 30 35 ਡੀਐਮਕੇ ਵਾਲੇ ਚਲੋ ਕਿਸੇ ਨਾਲ ਵੀ ਮਿਲ ਸਕਦੇ ਉਹ ਵੀ 30 35 ਤੇ ਹੋਣਗੇ ਤਾਂ ਇਸ ਕਰਕੇ ਨਾ ਇਹ ਕਿਸੇ ਵੱਡੇ ਸੂਬੇ ਦੇ Chief Minister ਇਹ ਸਿਰਫ ਸ਼ੁਰੂਆਤ ਕਰ ਸਕਦੇ ਹੈ ਹਿਮਾਚਲ ਤੇ ਗੁਜਰਾਤ ਇਹ ਦਿਖਾ ਸਕਦੇ ਆ ਇਹਨਾਂ ਦੀ ਜਿੱਤ ਹੀ ਹੋਊਗੀ ਜੇ ਇਹ ਦੋ ਨੰਬਰ ਤੇ ਆ ਜਾਣ ਦੋਨੋਂ ਸੂਬਿਆਂ ਚੋਂ ਜਾਂ ਦੋਨੋਂ ਚੋਂ ਇੱਕ ਸੂਬੇ ਤੇ ਲੇਕਿਨ ਉਹਦੇ ਬਾਅਦ ਇੰਨੀ ਜਲਦੀ 18 ਮਹੀਨਿਆਂ ਚ ਛਾਲ ਲਗਾ ਕੇ ਪਾਰਲੀਮੈਂਟ ਦੀਆਂ ਸੀਟਾਂ ਜਿੰਨੀ ਆ ਮੁਸ਼ਕਲ ਹੋਣਗੀਆਂ ਔਰ ਇਹਨਾਂ ਨੂੰ ਕੇਜਰੀਵਾਲ ਨੂੰ ਭੜਨਾ ਨਿਤਿਸ਼ ਕੁਮਾਰ ਨੂੰ ਬੜਾ ਮੁਸ਼ਕਲ ਹੋਏਗਾ ਉਹਨਾਂ ਦਾ ਜੋ ਸਟੇਚਰ ਹੈ ਉਹਨਾਂ ਦੀ ਜੋ ਪਛਾਣ ਹੈ ਹਿੰਦੁਸਤਾਨ ਦੇ ਵਿੱਚ ਉਹ ਫਰਕ ਹੈ ਇਹ ਜਿਸ ਤਰ੍ਹਾਂ ਦੀ ਰਾਜਨੀਤੀ ਭਾਜਪਾ ਟਾਈਪ ਰਾਜਨੀਤੀ ਤੁਸੀਂ ਥੋੜਾ ਜਿਹਾ ਅ ਧਰਮ ਨੂੰ ਇਸਤੇਮਾਲ ਕਰੋ ਬਾਕੀ ਇਹਨਾਂ ਕੋਲ ਇਹਨਾਂ ਦੇ ਹੱਥ 'ਚ ਉਹੀ ਚੀਜ਼ ਆ ਮੈਂ ਸਕੂਲ ਖੋਲਦਾ ਜੀ ਮੈਂ ਹਸਪਤਾਲ ਖੋਲਦਾ ਜੀ ਮੈਂ ਬੜਾ ਓਨੈਸਟ ਐ ਅੱਛਾ ਉਹ ਹੁਣ ਓਨੈਸਟੀ ਤੇ ਭਾਜਪੀ ਇਹਨਾਂ ਤੇ ਦਾਗ ਲਾਉਣ ਲੱਗੀ ਹੋਈ ਐ ਇਹ ਤਾਂ ਪਹਿਲਾਂ ਤੋਂ ਹੀ ਸੁਣਨ ਤੇ ਆ ਰਿਹਾ ਸੀ ਜਿਹੜੀ ਐਕਸਾਈਜ਼ ਦੀ ਇਹਨਾਂ ਦੀ ਪਾਲਿਸੀ ਐ ਉਹ ਠੀਕ ਨਹੀਂ ਚੱਲੀ ਜਿਉਂ ਇੰਨੀ ਠੀਕ ਪਾਲਿਸੀ ਸੀਗੀ ਉਹ ਵਾਪਸ ਕਿਉਂ ਲਈ ਇੰਨੀ ਜਲਦੀ ਜਿਵੇਂ ਇਹਨਾਂ ਨੇ ਵਾਪਸ ਲਈ ਔਰ ਫਿਰ ਉਸੇ ਨੂੰ ਬੁਲਾ ਕੇ ਪੰਜਾਬ ਦੇ ਮੰਤਰੀਆਂ ਨੂੰ ਬੁਲਾ ਕੇ ਮੀਟਿੰਗ ਕਰਕੇ ਉਹੀ ਜੀ ਪਾਲਿਸੀ ਉਥੇ ਲਾਉਣਾ ਚਾਹੁੰਦੇ ਸੀ ਉਹ ਵੀ ਖੜ ਗਈ ਇਸ ਕਰਕੇ ਇਹਨਾਂ ਨੇ ਛਾਲ ਮਾਰ ਲਈ ਹੈ ਜਿਆਦਾ ਵੱਡੀ ਜਿਆਦਾ ਜਲਦੀ ਉਹ ਹੁਣ ਭਾਪੀ ਚੁਕੰਨੀ ਹੋ ਗਈ ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਇਹਨੂੰ ਸਿੱਟੋ ਸ਼ਿਕਾਰ ਨੂੰ ਕਿਉਂਕਿ ਇਹ ਬਾਅਦ ਚ ਤੰਗ ਕਰੂਗਾ ਹਲੇ ਨਹੀਂ ਤੰਗ ਕਰੂਗਾ ਇਹ 2 4 5 ਸਾਲ ਬਾਅਦ ਤੰਗ ਕਰੂਗਾ ਹਲੇ ਉਹਨਾਂ ਨੂੰ ਚਿੰਤਾ ਜਿਹੜੀ ਹੈਗੀ ਉਹ ਨਿਤਿਸ਼ ਕੁਮਾਰ ਦੀ ਕਿਉਂਕਿ ਨਿਤਿਸ਼ ਕੁਮਾਰ ਦੇ ਕੋਈ ਐਸਾ ਤੁਸੀਂ ਐਸੀ ਉਂਗਲ ਨਹੀਂ ਉਠਾ ਸਕਦੇ ਕਿ ਉਹ ਉਹਦੇ ਤੇ ਕੋਈ ਕ腐ਸ਼ਨ ਦਾ ਚਾਰਜ ਲੱਗੇ ਉਹਨਾਂ ਦਾ ਬੇਟਾ ਵੀ ਆਉ ਪੋਲਿਟਿਕਸ ਚ ਨਹੀਂ ਆਇਆ বিবি ਉਹਨਾਂ ਦੇ ਨਾਲ ਜਾਂ ਸੁਭਾਸ ਹੋ ਗਈ ਤਾਂ ਇਸ ਕਰਕੇ ਉਹਨਾਂ ਤੇ ਕੋਈ ਐਸਾ ਦਾਗ ਨਹੀਂ ਲੱਗਦਾ ਔਰ ਉਹਦਾ ਜਿਹੜਾ ਅਸਰ ਤੁਸੀਂ ਠੀਕ ਦੱਸਿਆ ਹੈ ਜਿਹੜਾ ਪੂਰਵੀ ਯੂਪੀ ਦੇ ਵਿੱਚ ਆ ਕਾਫੀ ਮਿਲਦਾ ਜੁਲਦਾ ਅਸਰ ਜਾਂਦਾ ਹੈ ਔਰ ਦੇਖੋ ਮਾਇਵਤ ਨੂੰ ਪਿਛਲੀ ਵਾਰ ਤਕਰੀਬਨ 20% ਵੋਟ ਪਈ ਹੈ ਪਾਰਲੀਮੈਂਟ ਚ ਜੀ ਮਾਇਵਤੀ ਵੀ ਇਸ ਲਈ ਸ਼ਾਂਤ ਬੈਠੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਈਡੀ ਵੀਡੀ ਦੇ ਜਿਹੜੇ ਕੇਸ ਬਣਾਏ ਹੋਏ ਨੇ ਉਹ ਸਖਤ ਕਰਕੇ ਮੈਨੂੰ ਜੇਲ ਸਾਂ ਦੇ ਦੇਣ ਇਹ ਉਵੇਂ ਹੋਏਗਾ ਤੁਹਾਨੂੰ ਯਾਦ ਹੋਣਾ ਜਦ ਇਮਰਜੈਂਸੀ ਦੇ ਬਾਅਦ ਇਹਨਾਂ ਨੂੰ ਛੱਡਿਆ ਸਾਰੇ ਲੀਡਰਾਂ ਨੂੰ ਜਿਵੇਂ ਜੀਵਨ ਰਾਮ ਜੀ ਨੇ ਉਦੋਂ ਛਾਲ ਮਾਰੀ ਹੈ ਜਦ ਉਹਨਾਂ ਨੇ ਦੇਖਿਆ ਨੇੜੇ ਆ ਗਏ ਔਰ ਲੋਕਾਂ ਦਾ ਮੂਡ ਬਦਲ ਗਿਆ ਔਰ ਦੇਖੋ ਯੂਪੀ ਦੇ ਵਿੱਚ 20% ਵੋਟ ਜੇ ਘਟ ਵੀ ਗਈ ਹੋਵੇ ਥੋੜੀ ਮਾਇਵਤੀ ਜੀ ਦੀ ਆਰਐਲਡੀ ਦੀ ਸਿਰਫ 1.5% ਵੋਟ ਸੀ ਪਿਛਲੀ ਵਾਰੀ ਉਹ ਵਧੇਗੀ 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 ਉਹਨੇ ਐਮਐਲਏ ਦੀਆਂ ਸੀਟਾਂ ਜਿੱਤੀਆਂ ਔਰ ਦੇਖੋ ਕਿਸਾਨਾਂ ਨਾਲ ਜਿਹੜਾ ਇਹਨਾਂ ਨੇ ਦੁਬਾਰਾ ਧੋਖਾ ਕਰ ਰਹੇ ਨੇ ਵਾਅਦੇ ਕਰਕੇ ਫਿਰ ਉਹਨਾਂ ਤੋਂ ਮੁੱਕਰ ਜੋ ਪੂਸੀ ਕਿ ਇਹ ਇਸ ਵੀ ਨਹੀਂ ਵਾਪਸ ਲਏ ਫਿਰ ਹਲੇ ਕਮੇਟੀ ਵੀ ਨਹੀਂ ਮਿਲਣੀ ਸ਼ੁਰੂ ਹੋਈ ਐਮਐਸਪੀ ਤੇ ਕੁਝ ਨਹੀਂ ਕੀਤਾ ਉਹਨਾਂ ਨੂੰ ਦੁਬਾਰਾ ਅੰਦੋਲਨ ਇੱਕ ਦੋ ਥੜੇਨ ਜਾ ਕੇ ਕਰਨਾ ਪਿਆ ਇਹ ਮੁੱਦਾ ਕਿਸਾਨੀ ਦਾ ਗਿਆ ਨਹੀਂ ਉਹਦੇ ਨਾਲ ਜੁੜ ਗਿਆ ਅਗਨੀ ਵੀਰ ਦਾ ਜਿਹੜੀ ਇਹਨਾਂ ਨੇ ਰਿਕਰੂਟਮੈਂਟ ਰੁਕਤੀ ਇਹ ਸਾਰੇ ਸੂਬਿਆਂ ਚੋਂ ਰਿਕਰੂਟਮੈਂਟ ਮੁੰਡੇ ਇੰਤਜ਼ਾਰ ਕਰਦੇ ਸੀ ਕਿ ਚਲੋ ਹੋਰ ਨਹੀਂ ਤਾਂ ਫੌਜ ਦੀ ਨੌਕਰੀ ਕਰਾਂਗੇ ਕਮਸੇ ਕਮ ਪੈਨਸ਼ਨ ਤਾਂ ਮਿਲੇਗੀ ਇੱਜ਼ਤ ਹੋਏਗੀ ਵਿਆਹ ਹੋ ਜਾਏਗਾ ਉਹ ਹੁਣ ਤੁਸੀਂ ਉਹਨਾਂ ਦੇ ਕਹਿ ਕੇ ਨਹੀਂ ਜੇ 5 ਸਾਲ ਕਰੋਗੇ ਉਹਦੇ ਬਾਅਦ ਰਿਟਾਇਰ ਉਹਦੇ ਬਾਅਦ ਚੌਥਾ ਹਿੱਸਾ ਸੀ ਵਾਪਸ ਲਵਾਂਗੇ ਉਹਦਾ ਵੀ ਅਸਰ ਹੈ ਪਬਲਿਕ ਦੇ ਵਿੱਚ ਔਰ ਉਹ ਕੀ ਅਸਰ ਵੱਡਾ ਹੈ ਔਰ ਉਹ ਹੈ ਵੀ ਉਥੇ ਜਿੱਤੇ ਕਿਸਾਨੀ ਹੈ ਉਹੀ ਮੁੰਡੇ ਜਾ ਕੇ ਫੌਜ ਭਰਤੀ ਹੁੰਦੇ ਸੀ ਸੋ ਇਹ ਯੂਪੀ ਚ ਇੱਥੇ ਉਤਰਾਖੰਡ ਚ ਹਿਮਾਚਲ ਚ ਇਹਦਾ ਅਸਰ ਪਏਗਾ ਕਿਤੇ ਨਾ ਕਿਤੇ ਜਾ ਕੇ ਔਰ ਇਹ ਸਾਰੇ ਮੁੱਦੇ ਇਕੱਠੇ ਹੋਣਗੇ ਜਦ ਕੋਈ ਇੱਕ ਲੀਡਰ ਇੱਕ ਅੱਗੇ ਲੱਗੇਗਾ ਇਹਨਾਂ ਦੇ ਜੋੜਾ ਮੈਨੂੰ ਲੱਗਦਾ ਹੈ ਕਿ ਨਿਤਿਸ਼ ਕੁਮਾਰ ਲੱਗ ਸਕਦੇ ਨੇ ਜੋ ਅੱਜ ਲੱਗ ਰਹੇ ਇਲੈਕਸ਼ਨ ਦੇ ਨੇੜੇ ਜਾ ਕੇ ਸਾਰੇ ਡਰ ਮੁੱਕ ਜਾਣਗੇ ਇੱਕ ਤਾਂ ਇਹ ਪਹਿਲੂ ਹੁੰਦਾ ਹੈ ਮਾਇਆਬਾਤੀ ਤੋਂ ਲੈ ਕੇ ਬਾਕੀ ਵੀ ਜਿਹੜੀ ਖੇਤਰੀ ਪਾਰਟੀਆਂ ਦੇ ਖੇਤਰੀ ਲੋਕ ਹੈਗੇ ਆ ਲੀਡਰ ਹੈਗੇ ਆ ਉਹਨਾਂ ਦੇ ਛੋਟੇ-ਮੋਟੇ ਮਫਾਦ ਜਾਂ ਛੋਟੇ-ਮੋਟੇ ਡਰ ਸ਼ਾਇਦ ਪਛਾਣ ਚਲੇ ਜਾਣਗੇ ਔਰ ਉਹ ਚਾਹਣਗੇ ਕਿ ਇਹ ਡਰ ਸਦਾਲੀ ਮੁਕਾਈਏ ਪਰ ਇੱਕ ਸਵਾਲ ਸਾਰਿਆਂ ਦੇ ਮਨ ਚ ਉੱਠਦਾ ਹੋਊਗਾ ਕਿ ਲਗਭਗ ਸਵਾ ਸਾਲ ਤੋਂ ਵੱਧ ਪੁਰਾਣੀ ਪਾਰਟੀ ਕਾਂਗਰਸ ਹੁਣ ਕੋਈ ਆਪਣੀ ਸਾਰਥਕਤਾ ਰੱਖਦੀ ਵੀ ਹੈ ਕਿ ਨਹੀਂ ਉਹਨੂੰ ਤੁਸੀਂ ਕਿਸ ਸਥਾਨ ਤੇ ਵੇਖ ਰਹੇ ਹੋ ਕੋਈ ਗੱਠਜੋੜ ਬਣਨਗੇ ਤਾਂ ਉਹਨਾਂ ਦੇ ਵਿੱਚ ਕਾਂਗਰਸ ਦੀ ਭੂਮਿਕਾ ਕਿਹੋ ਜੀ ਹੋਊਗੀ ਉਹ ਲੀਡਿੰਗ ਰੋਲ 'ਚ ਹੋ ਸਕਦੀ ਹੈ ਕਿ ਨਹੀਂ ਜਾਂ ਉਹ ਸਪੋਰਟਿੰਗ ਰੋਲ 'ਚ ਹੋਊਗੀ ਕਿੰਨੀਆਂ ਕੁ ਸੀਟਾਂ ਤੁਸੀਂ ਦੇਖਦੇ ਹੋ ਅੱਜ ਦੇ ਦਿਨ ਦੇ ਵਿੱਚ ਕਿਉਂਕਿ ਉਹਨਾਂ ਦੀ ਪ੍ਰਸਤਾਵਿਤ ਹੈ ਪ੍ਰਧਾਨ ਦੀ ਚੋਣ ਜੇ ਹੋ ਜਾਂਦੀ ਹੈ ਤਾਂ ਗਾਂਧੀ ਪਰਿਵਾਰ ਤੋਂ ਬਾਅਦ ਜੇ ਰਾਜਸਥਾਨ ਵਾਲੇ ਮੁੱਖ ਮੰਤਰੀ ਨੂੰ ਵੀ ਇਹ ਲੈ ਆਉਂਦੇ ਆ ਤੁਹਾਨੂੰ ਸੰਭਾਵਨਾ ਕੀ ਲੱਗਦੀ ਹੈ ਇਹਨਾਂ ਦੀ ਰਿਵਾਈਵਲ ਇਹਨਾਂ ਦੀ ਸਰਵਾਈਵਲ ਵਿੱਚ ਬਦਲ ਜਾਊਗੀ ਤੁਸੀਂ ਕਾਂਗਰਸ ਨੂੰ ਕਿੱਥੇ ਖੜਾ ਦੇਖ ਰਹੇ ਹੋ ਦੇਖੋ ਮੇਰਾ ਨਹੀਂ ਖਿਆਲ ਭਾਜਪੀ ਚੌਂਦੀ ਸੀ ਕੀ ਰਾਹੁਲ ਗਾਂਧੀ ਲੀਡਰੀ ਤੋਂ ਹਟ ਜਾਏ ਕਿਉਂਕਿ ਉਹਨਾਂ ਨੂੰ ਇਦੋਂ ਚੰਗਾ ਲੀਡਰ ਨਹੀਂ ਮਿਲ ਸਕਦਾ ਜਿਹੜਾ ਉਹਨਾਂ ਨੂੰ ਟੱਕਰਾ ਕਰੀ ਜਾਵੇ ਉਹਨਾਂ ਨਾਲ ਲੜ ਨਾ ਸਕੇ ਜੀ ਹੁਣ ਉਹ ਜਿਹੜਾ ਪੁਚਾਲ ਕਾਂਗਰਸ ਦੇ ਵਿੱਚ ਪੈ ਗਿਆ ਗੁਲਾਮ ਨਬੀ ਅਜ਼ਾਦ ਜੋ ਮੈਨੂੰ ਸੁਣਨ ਚਾਇਆ ਹੈ ਉਹ ਪਹਿਲਾਂ ਰਾਹੁਲ ਗਾਂਧੀ ਨੂੰ ਮਿਲਣ ਗਏ ਨੇ ਉਹਨਾਂ ਨਾਲ ਕੁਝ ਬੇਅਦਬੀ ਠੀਕ ਇੱਜ਼ਤ ਨਾਲ ਪੇਸ਼ ਨਹੀਂ ਆਇਆ ਰਾਹੁਲ ਗਾਂਧੀ ਉਹਨਾਂ ਨੇ ਫਿਰ ਮਾਤਾ ਕੁਲ ਸ਼ਿਕਾਇਤ ਲਈ ਉਹ ਸ਼ਿਕਾਇਤ ਦਾ ਉਹਨਾਂ ਨੇ ਦੇਖਿਆ ਕੋਈ ਅਸਰ ਨਹੀਂ ਆ ਤੇ ਉਹਨਾਂ ਨੇ ਕਿਹਾ ਕਿ ਇਹ ਕੋਈ ਤਬਦੀਲੀ ਕੋਈ ਅਡਜਸਟਮੈਂਟ ਪੁਰਾਣੇ ਲੀਡਰਾਂ ਦੇ ਬਨਿਸਪਤ ਨਹੀਂ ਕਰਨਾ ਚਾਹੁੰਦੇ ਉਹ ਹੁਣ ਇਹ ਪਾਰਟੀ ਬਣਾਉਣਗੇ ਸਿਰਫ ਜੰਮੂ ਕਸ਼ਮੀਰ ਚ ਨਹੀਂ ਜੋ ਮੈਨੂੰ ਪਤਾ ਲੱਗਿਆ ਇਹ ਪਾਰਟੀ ਬਣੇਗੀ ਤਾਂ ਫਿਰ 올 ਇੰਡੀਆ ਲੈਵਲ ਤੇ ਹੀ ਬਣੇਗੀ ਹੋਰ ਜਿਹੜੇ ਬਾਕੀ ਦੇ ਵੀ 23 24 ਲੀਡਰ ਹੈ ਉਹਦੇ ਜੋ ਕੁਝ ਬੋਲੇ ਨੇ ਕੁਝ ਹਲੇ ਨਹੀਂ ਬੋਲੇ ਲੇਕਿਨ ਹੌਲੀ ਹੌਲੀ ਜਿਸ ਤਰੀਕੇ ਨਾਲ ਪੁਚਾਲ ਕਸ਼ਮੀਰ ਚ ਆਇਆ ਇਹ ਇੱਕ ਵੱਡਾ ਲੀਡਰ ਕੱਲ ਨੂੰ ਹੂਡਾ ਵੀ ਇਹਨਾਂ ਦੀ ਪਾਰਟੀ ਚ ਲਿਆ ਜਾਂਦਾ ਤੇ ਹਰਿਆਣਾ ਦਾ ਵੀ ਬਹੁਤ ਵੱਡਾ ਟੁਕੜਾ ਇਹਨਾਂ ਦਾ ਕਾਂਗਰਸ ਦਾ ਉਧਰ ਸ਼ਿਫਟ ਹੋ ਜਾਣਾ ਇੱਕ ਹੋਰ ਗੱਲ ਨੂੰ ਮੈਂ ਦਿਲਚਸਪ ਦੱਸਾਂ ਇਹ ਬੜੇ ਫੋਨ ਕਰ ਕਰ ਹਾਈ ਕਮਾਂਡ ਤੋਂ ਇਨਸਟਰਕਸ਼ਨਸ ਗਈਆਂ ਲੀਡਰਾਂ ਨੂੰ ਕਿ ਸੰਜੇ ਗਾਂਧੀ ਦਾ ਨਾਂ ਨਾ ਲਓ ਤੁਸੀਂ ਉਹਨੇ ਗੁਲਾਮ ਨਬੀ ਅਜ਼ਾਦ ਦੇ ਸੰਜੇ ਗਾਂਧੀ ਦਾ ਨਾਂ ਦੁਬਾਰਾ ਜੀਵਤ ਕਰ ਦਿੱਤਾ ਸੰਜੇ ਗਾਂਧੀ ਦੇ ਨਾਲ ਵਰੁਣ ਗਾਂਧੀ ਦਾ ਨਾਂ ਜੁੜ ਜਾਂਦਾ ਹੂੰ ਜਿਹੜਾ ਕੀ ਹਲੇ ਸਾਬਤ ਬੈਠਾ ਹੈ ਬੀਜੇਪੀ ਚ ਬੈਠਾ ਹੈ ਬਹੁਤ ਫਿਊਚਰ ਹੈ ਉਹਦਾ ਉਹ ਦੇਖ ਰਿਹਾ ਕਿਹੜਾ ਰਸਤਾ ਅਪਣਾਉਣਾ ਹੈ ਤੋਂ ਇਹ ਸਾਰੇ ਤੋਂ ਜ਼ਿਆਦਾ ਪਰੇਸ਼ਾਨੀ ਕਾਂਗਰਸਾਈ ਨੂੰ ਇਹ ਹੋ ਰਹੀ ਹੈ ਕਿ ਇਹ ਕਿਤੇ ਇਹ ਤਾਂ ਨਹੀਂ ਇਕੱਠੇ ਹੋ ਰਹੇ ਸੰਜੇ ਗਾਂਧੀ ਦਾ ਨਾਮ ਲੈ ਕੇ ਜੇ ਇਕੱਠੇ ਹੋਗੇ ਜੇ ਤੁਸੀਂ ਆ ਜਿੰਨੇ ਲੀਡਰ ਲੋ ਗੁਲਾਮ ਨਵੀ ਅਜ਼ਾਦ ਨੂੰ ਸੰਜੇ ਗਾਂਧੀ ਨੇ ਚੱਕਿਆ ਜੀ ਚੀਫ ਮਿਨਿਸਟਰ ਰਾਜਸਥਾਨ ਨੂੰ ਸੰਜੇ ਗਾਂਧੀ ਨੇ ਪਿਕ ਕੀਤਾ ਜੇ ਕਾਂਗਰਸ ਜੀਵਤ ਹੋਈ ਹੈ 1970 ਚ ਉਹ ਇੰਦਰਾ ਗਾਂਧੀ ਤਾਂ ਸੰਜੇ ਗਾਂਧੀ ਕਰਕੇ ਹੋਈ ਹੈ ਮੈਨੂੰ ਇੱਕ ਕਾਂਗਰਸ ਦੇ ਲੀਡਰ ਨੇ ਦੱਸਿਆ ਕਿ ਉਹਦੀ ਗੱਲ ਰਾਜੀਵ ਰਾਹੁਲ ਗਾਂਧੀ ਨਾਲ ਹੋ ਰਹੀ ਸੀ ਰਾਹੁਲ ਗਾਂਧੀ ਉਹਨੂੰ ਕਹਿੰਦਾ ਕਿ ਕਾਂਗਰਸ ਕਿਵੇਂ ਦੁਬਾਰਾ ਉੱਠ ਸਕਦੀ ਹੈ ਅੱਛਾ 70 ਚ ਵੀ 70 ਚ ਵੀ ਤਾਂ ਅਸੀਂ ਉੱਠੇ ਸੀ ਉਹ ਕਹਿੰਦਾ ਜੀ 77 ਚ ਇੰਦਰਾ ਗਾਂਧੀ ਸੀ ਤੇ ਸੰਜੇ ਗਾਂਧੀ ਸੀ ਉਹ ਗੱਲ ਇਹਨਾਂ ਨੂੰ ਇਹ ਪਸੰਦ ਨਹੀਂ ਕਿ ਜੇ ਸੰਜੇ ਗਾਂਧੀ ਦਾ ਨਾਂ ਚੱਲ ਪਿਆ ਹੋਰ ਇੱਕ ਗਾਂਧੀ ਨਜ਼ਰ ਆਇਆ ਤਾਂ ਉਹਦੇ ਨਾਲ ਕਿਤੇ ਇਹ ਨਾ ਹੋਵੇ ਕਿ ਪਚਾਲ ਚ ਉਧਰ ਦੇਖੋ ਪੰਜਾਬ ਜਤ ऑलरेडी ਟੁੱਟੇ ਹੋਏ ਹੈ ਕੈਪਟਨ ਸਾਹਿਬ ਦਾ ਟੁੱਟੇ ਹੋਇਆ ਹੈ ਆ ਜਾਖੜ ਆਰਗੇ ਛੱਡ ਕੇ ਚਲੇ ਗਏ ਪੰਜਾਬ ਚ ਕੋਈ ਵੱਡਾ ਲੀਡਰ ਕਿਹੜਾ ਬਚਿਆ ਇਨਾਂ ਕੋਲ ਤੁਸੀਂ ਉਧਰ ਦੇਖੋ ਜਿਹੜੀ ਪ੍ਰਧਾਨ ਮੰਤਰੀ ਸਾਹਿਬ ਨੇ ਮੀਟਿੰਗ ਕੀਤੀ ਹੈ 12 14 ਬੰਦਿਆਂ ਨਾਲ ਉਹਦੇ ਚ ਬੀਜੇਪੀ ਦੇ ਤਾਂ ਪੁਰਾਣੇ ਇੱਕ ਦੋ ਨਾ ਹੀ ਸੀ ਨਾ ਜੀ ਬਾਕੀ ਤਾਂ ਕੇਵਲ ਢਿੱਲੋਂ ਜਾਖੜ ਬਲਬੀਰ ਸਿੱਧੂ ਸਾਰੇ ਉਹੀ ਜਿਹੜੇ ਕਾਂਗਰਸੀ ਟੁੱਟ ਕੇ ਆਏ ਆ ਕਿਉਂਕਿ ਬੀਜੇਪੀ ਨੂੰ ਵੀ ਇਹ ਚਿੰਤਾ ਹੈ ਕਿ ਜੇ ਬਿਹਾਰ ਗਿਆ ਤੇ ਮਹਾਰਾਸ਼ਟਰ ਗਿਆ ਫਿਰ ਸਾਨੂੰ ਤੇਲੰਗਾਨਾ ਸਾਨੂੰ ਪੰਜਾਬ ਸਾਨੂੰ ਇਹ ਨਵੇਂ ਸੂਬਿਆਂ ਚੋਂ 40 50 ਸੀਟਾਂ ਕਿੱਥੋਂ ਪੂਰੀਆਂ ਕਰਾਂਗੇ ਇਹ ਹੁਣ ਨਵੇਂ ਪਾਸੇ ਇਹਨਾਂ ਨੇ ਫਰੰਟ ਖੋਲਿਆ ਇਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਨੇ 40 ਮਿੰਟ ਲਾਏ ਉਸ ਦਿਨ ਫੰਕਸ਼ਨ ਦੇ ਬਾਅਦ ਇਹ ਜੇ ਲੀਡਰਾਂ ਕੋਲ ਜਿਹੜੇ ਕਾਂਗਰਸੀ ਟੁੱਟ ਕੇ ਆਏ ਆ ਆਪਣੇ ਪੁਰਾਣੇ ਲੀਡਰ ਨਾਲ ਨਹੀਂ ਗੱਲ ਕੀਤੀ ਤੋ ਇਸ ਕਰਕੇ ਇਹ ਐਸਾ ਟਾਈਮ ਆ ਮੈਂ ਸਮਝਦਾ ਇੱਕ ਮੋੜ ਤੇ ਖੜਾ ਹਿੰਦੁਸਤਾਨ ਸਾਰੀ ਰਾਜਨੀਤੀ ਇੱਕ ਮੋੜ ਤੇ ਖੜੀ ਹੈ ਇਹ ਮੋੜ ਤੋਂ ਕਿੱਧਰ ਵੀ ਜਾ ਸਕਦੀ ਹੈ ਇਹਦੇ ਦੇਖਣਾ ਪਵੇਗਾ ਨਿਤਿਸ਼ ਕੁਮਾਰ ਜੀ ਬਿਹਾਰ ਚੋਂ ਨਿਕਲ ਕੇ ਪਹਿਲ ਕਰਦੇ ਨੇ ਦਿੱਲੀ ਆਉਣਾ ਸ਼ੁਰੂ ਕਰਦੇ ਨੇ ਹੋਰ ਲੀਡਰਾਂ ਨੂੰ ਮਿਲਣਾ ਸ਼ੁਰੂ ਕਰਦੇ ਨੇ ਕਦ ਆਪਣੀ ਆਪਣੇ ਪੱਤੇ ਖੋਲਦੇ ਨੇ ਉਹ ਖੋਲਣਗੇ ਤਾਂ ਸਹੀ ਕਿਹੜੀ ਕਿਹੜੇ ਸਮੇਂ ਜਾ ਕੇ ਖੋਲਦੇ ਨੇ ਉਹ ਮਹਮ ਹੋਏਗਾ ਔਰ ਮਹਾਰਾਸ਼ਟਰ ਚ ਕਾਰਪੋਰੇਸ਼ਨ ਦੀ ਇਲੈਕਸ਼ਨ ਚ ਕੀ ਹੁੰਦਾ ਜੇ शिंदे ਫੇਲ ਹੋ ਜਾਂਦਾ ਤਾਂ ਬਹੁਤ ਵੱਡਾ ਵੱਡਾ ਸੈਟਬੈਕ ਹੋਏਗਾ ਭਾਜਪਾ ਨੂੰ ਇਹ ਮਹਾਰਾਸ਼ਟਰ ਕਿਉਂਕਿ ਤਾਕਰੇ ਨੇ ਕਹਤਾ ਅਸੀਂ ਕਾਂਗਰਸ ਤੇ NCP ਦੇ ਨਾਲ ਲੜਨੀ ਹੈ ਅਗਲੀ ਇਲੈਕਸ਼ਨ ਔਰ 48 ਸੀਟਾਂ ਔਰ ਉਹ ਤੈ ਕਰ ਸਕਦੀਆਂ 48 ਤੇ 40 ਬਿਹਾਰ ਦੀਆਂ ਕਿ ਅਗਲਾ ਪ੍ਰਧਾਨ ਮੰਤਰੀ ਕੌਣ ਹੋਏਗਾ ਜੀ ਅੱਛਾ ਮੈਨੂੰ ਇਹ ਜ਼ਰੂਰ ਦੱਸੋ ਕਿਉਂਕਿ ਹੁਣ ਆਪਾਂ ਦੇਸ਼ ਦੀ ਰਾਜਨੀਤੀ ਤੋਂ ਇਸ ਖੇਤੇ ਦੀ ਰਾਜਨੀਤੀ ਵੱਲ ਜਿ ਆਉਨੇ ਆ ਤੇ ਤੁਸੀਂ ਵੀ ਜਿਹੜਾ ਖਾਲੀ ਸੀ ਵੈਕਿਊਮ ਸੀ ਲੀਡਰਸ਼ਿਪ ਦੀ ਇੱਕ ਘਾਟ ਪੰਜਾਬ ਦੇ ਵਿੱਚ ਦੇਰ ਤੋਂ ਰੜਕਦੀ ਹੈ ਕੋਈ ਵੀ ਸੁਹਿਰਦ ਬੰਦਾ ਇਸ ਵੇਲੇ ਲੀਡ ਕਰਨ ਲਈ ਲੋਕਾਂ ਦੀ ਕਸਵਟੀ ਤੇ ਖਰਾ ਨਹੀਂ ਉਤਰ ਰਿਆ ਤੇ ਹੁਣ ਵੀ ਇੱਕ ਤਰ੍ਹਾਂ ਦਾ ਵੈਕਿਊਮ ਹੀ ਆ ਕਿਉਂਕਿ ਵਿਰੋਧੀ ਪਾਰਟੀਆਂ ਦੇ ਰੂਪ ਚ ਕੁਝ ਵੀ ਨਹੀਂ ਮੌਜੂਦ ਹੈਗਾ ਪੰਜਾਬ ਦੇ ਦ੍ਰਿਸ਼ ਨੂੰ ਤੁਸੀਂ ਕਿਵੇਂ ਪਰਿਭਾਸ਼ਿਤ ਕਰਦੇ ਹੋ ਇਸ ਵੇਲੇ ਦੀ ਜਿਹੜੀ ਰਾਜਨੀਤੀ ਹੈ ਕਿਉਂਕਿ ਬਹੁਤ ਜ਼ਿਆਦਾ ਸਰਕਾਰ ਵਰਗਾ ਕੁਝ ਨਜ਼ਰ ਨਹੀਂ ਆਉਂਦਾ ਮੰਤਰੀਆਂ ਦੀ ਭੂਮਿਕਾ ਵੀ ਬਹੁਤ ਗੌਣ ਜੀ ਲੱਗਦੀ ਹੈ ਔਰ ਐਮ ਐਲ ਏ ਵੀ ਸੀਮਤ ਹੋ ਗਿਆ ਤੇ ਮੈਂ ਇਹ ਸਾਰੇ ਜਿਹੜੇ ਦ੍ਰਿਸ਼ ਨੂੰ ਦੇਖਾਂ ਤਾਂ ਇਹਦੇ ਵਿੱਚ ਹੁਣ ਕੌਣ ਉੱਪਰ ਸਕਦਾ ਹੈ ਜਾਂ ਕਿਸ ਤਰ੍ਹਾਂ ਦੀ ਸੰਭਾਵਨਾ ਤੁਸੀਂ ਦੇਖ ਰਹੇ ਹੋ ਕਾਂਗਰਸ ਉਲਜੀ ਪਈ ਹੈ ਉੱਪਰ ਦੀ ਲੜਾਈ ਤਾਂ ਥੱਲੇ ਤਾਂ ਅਸਰ ਆ ਤੁਹਾਡੇ ਬੰਦੀ ਚ ਸੱਤ ਬੰਦੀ ਚ ਲੇਕਿਨ ਥੱਲੇ ਤੇ ਲੀਡਰਸ਼ਿਪ ਬੜੀਆਂ ਅਜੀਬ ਕਿਸਮ ਦੀਆਂ ਐਕਟੀਵਿਟੀਜ਼ ਚ ਲੱਗੀ ਹੋਈ ਵੀ ਇੱਕ ਬੰਦਾ ਫੜਿਆ ਜਾਂਦਾ ਉਹਦੇ ਮਗਰੀ ਖੜੇ ਰੋ ਅਕਾਲੀ ਦਲ ਆਪਣੇ ਆਪ ਅੰਦਰ ਦੀ ਲੜਾਈ ਚੋਂ ਨਹੀਂ ਉੱਭਰ ਪਾ ਰਿਹਾ ਉਹਨਾਂ ਦੀ ਲੀਡਰਸ਼ਿਪ ਸਾਰੀ ਸੰਕਟ ਚ ਹੈ ਤੁਸੀਂ ਇਸ ਸਥਿਤੀ ਨੂੰ ਕਿਵੇਂ ਦੇਖਦੇ ਹੋ ਤੇ ਇਹਦੇ ਵਿੱਚੋਂ ਤਨ ਕੋਈ ਸੰਭਾਵਨਾ ਨਜ਼ਰ ਆਉਂਦੀ ਹੈ ਕੀ ਹੋ ਸਕਦਾ ਹੈ ਔਰ ਇਸ ਵੇਲੇ ਰਾਜਨੀਤੀ ਖੜੀ ਕਿੱਥੇ ਹੈ ਸਟੇਟ ਦੀ ਦੇਖੋ ਪੰਜਾਬ ਦੇ ਵਿੱਚ ਇੱਕ ਖਾਲੀਪਨ ਹੈ ਵੈਕਿਊਮ ਹੈ ਉਹ ਹਲੇ ਵੀ ਲੱਭ ਰਹੇ ਨੇ ਕੋਈ ਨਵੀਂ ਇੱਕ ਖੇਤਰੀ ਪਾਰਟੀ ਐਸੀ ਪਾਰਟੀ ਹੋਵੇ ਜਿਹੜੀ ਸਿਰਫ ਪੰਜਾਬ ਦਾ ਹਿੱਤ ਦੇਖਦੀ ਹੋਵੇ ਪੰਜਾਬ ਨਾਲ ਜੁੜੀ ਹੋਵੇ ਪੰਜਾਬ ਦੇ ਮੁੱਦੇ ਚੱਕੇ ਔਰ ਜਿਹੜੇ ਇਥੋਂ ਐਮਪੀ ਬਣ ਕੇ ਜਾਣ ਉਹ ਐਸੇ ਹੋਣ ਜਿਹੜੇ ਪੰਜਾਬ ਜਿਨ੍ਹਾਂ ਨੂੰ ਪੰਜਾਬ ਦਾ ਦੁੱਖ ਤਰਤ ਹੋਵੇ ਏ ਹੁਣ ਅਗਲਾ ਤੈ ਦੇਖੋ ਸੂਬੇ ਦੀ ਸਰਕਾਰ ਤਾਂ ਹਲੇ ਨਹੀਂ ਗਿਰੇਗੀ ਕਿਉਂਕਿ ਇਹਨਾਂ ਦੇ 92 ਐਮਐਲਏ ਨੇ ਹੁਣ ਤਾਂ ਸਿਰਫ ਧਿਆਨ ਆਏਗਾ ਪਾਰਲੀਮੈਂਟ ਵੱਲ ਬੀਜੇਪੀ ਨੇ ਹੋਰ ਤੋੜ ਲੈਣੇ ਕਾਂਗਰਸ ਦੇ ਲੀਡਰ ਜੋ ਮੈਨੂੰ ਲੱਗਦਾ ਕਿਉਂਕਿ ਉਹ ਤਾਂ ਉਹਨਾਂ ਦਾ ਤਰੀਕਾ ਇਹੀ ਹੈ ਕਿ ਡੰਡਾ ਵਰਤੋ ਗਾਜਰਾ ਵਰਤੋ ਜੇ ਗਾਜਰਾ ਖਾਣੀਆਂ ਭਾਈ ਤਾਜੋ ਨਹੀਂ ਤਾਂ ਫਿਰ ਡੰਡਾ ਮਾਰਾਂਗੇ ਥੋੜੇ ਪਿਛਲੇ ਪਾਸਿਓ ਦੂਜਾ ਆਪ ਨੇ ਵੀ ਉਹੀ ਅਪਣਾਇਆ ਹੈ ਆਪ ਇੱਕ ਤਰ੍ਹਾਂ ਨਾਲ ਬੀਜੇਪੀ ਲਾਈਟ ਜਿਹਨੂੰ ਕਹਿੰਦੇ ਹਲਕੀ ਬੀਜੇਪੀ ਧਰਮ ਦਾ ਇਸਤੇਮਾਲ ਕਰਨਗੇ ਡੰਡੇ ਦਾ ਇਸਤੇਮਾਲ ਜੇ ਤੁਸੀਂ ਦੇਖੋ ਜੜੇ ਆ ਅਰੈਸਟ ਵਗੈਰਾ ਇੱਥੇ ਕਰ ਰਿਆ ਜਿੰਨਾ ਉਹ ਕਰਪਸ਼ਨ ਦਾ ਇਹਨਾਂ ਬੀਜੇਪੀ ਆਪ ਦੇ ਪਿੱਛੇ ਪਏਗੀ ਦਿੱਲੀ ਉਹਨਾਂ ਆਪ ਕਹੇਗੀ ਪੰਜਾਬ ਚ ਕਰਪਸ਼ਨ ਵਾਲੇ ਕਾਂਗਰਸ ਵਾਲੇ ਮੰਤਰੀ ਅੰਦਰ ਦੇ ਉਹ ਪੁਰਾਣੇ ਫੜ ਕੇ ਤਾਂ ਕਿ ਇਹ ਲੱਗੇ ਅਸੀਂ ਤਾਂ ਕਰਪਸ਼ਨ ਹਟਾ ਰਹੇ ਹਾਂ ਅਸੀਂ ਵਧਾ ਨਹੀਂ ਰਹੇ ਪਰ ਜਿਹੜੀ ਕੇਜੀ ਬਾਲ ਗਲਤੀ ਕਰ ਰਿਹਾ ਜਿਹੜਾ ਮੈਂ ਪਾਕਿਸਤਾਨ ਪਾਕਿਸਤਾਨ ਦੇ ਬਾਰੇ ਕਹਿੰਦਾ ਸੀ ਪਾਕਿਸਤਾਨ ਕਹਿੰਦੇ ਦੇਖੋ ਅਸੀਂ ਵੀ ਆਤੰਕਵਾਦ ਦੇ ਸ਼ਿਕਾਰ ਹਾਂ ਮੈਂ ਕਿਹ ਜਿਹੜਾ ਸ਼ਿਕਾਰ ਹੋਵੇ ਉਹ ਸ਼ਿਕਾਰ ਅੱਗੇ ਵੀ ਕਰਦਾ ਹੈ ਕਈ ਵਾਰ ਤੁਸੀਂ ਵੀ ਸ਼ਿਕਾਰ ਹੋ ਤੁਸੀਂ ਸਾਡਾ ਸ਼ਿਕਾਰ ਕਰਦੇ ਹੋ ਸੋ ਇਹ ਨਹੀਂ ਹੁੰਦਾ ਕਿ ਅਸੀਂ ਕਿਉਂਕਿ ਅਤੰਕਵਾਦ ਪੰਜਾਬ ਚ ਅਸੀਂ ਕਰਪਸ਼ਨ ਹਟਾਉਣਾ ਚਾਹੁੰਦੇ ਆ ਸਾਡੇ ਤੇ ਉਂਗਲ ਨਾ ਚੱਕੋ ਦਿੱਲੀ ਚ ਪਰ ਇਹਦੇ ਚ ਹੋਊਗਾ ਕੀ ਕਿ ਪੰਜਾਬ ਚ ਇਹ ਪਹੁੰਚਾਲ ਜਿਆ ਪਿਆ ਰਹਿਣਾ ਜਿਹੜੇ ਬੰਦੇ ਕੋਈ ਡਰਦੇ ਨਹੀਂ ਕਿ ਸਾਨੂੰ ਜੇਲ ਜੂਲ ਚ ਨਾ ਭੇਜਦੇ ਨ ਹੋ ਸਕਦਾ ਬੀਜੇਪੀ ਵੱਲ ਜਾਣ ਉਹ ਸਮਝਣਗੇ ਸਾਨੂੰ ਥੋੜੀ ਉੱਥੇ ਪ੍ਰੋਟੈਕਸ਼ਨ ਮਿਲੂਗੀ ਸ਼ਰਨ ਮਿਲੂਗੀ ਤੇ ਪੰਜਾਬ ਚ ਹਲੇ ਇਹ ਸਤੰਬਰ ਦੇ ਬਾਅਦ ਅੱਜ ਅੱਜ ਕੈਪਟਨ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲੇ ਨੇ ਆਪਣੇ ਬੇਟੇ ਦੇ ਨਾਲ ਤੇ ਉਹਦਾ ਹੁਣ ਕੀ ਉਹਨਾਂ ਦੀ ਗੱਲਬਾਤ ਹੁੰਦੀ ਹੈ ਉਹਨਾਂ ਦੀ ਪਾਰਟੀ ਤਾਂ ਚੱਲ ਨਹੀਂ ਸਕੀ ਕੀ ਉਹ ਤੈਅ ਕਰਦੇ ਨੇ ਇਹੀ ਤੈਅ ਕਰ ਰਹੇ ਸੀ ਉਹ ਉਹਨਾਂ ਦੀ ਪਾਰਟੀ ਮਰਜ ਕਰ ਦੇਣਗੇ ਬੀਜੇ ਦੇ ਭਾਪੀ ਦੇ ਵਿੱਚ ਮਿਲਾ ਦੇਣਗੇ ਜੀ ਉਹ ਜਿਹਦੇ ਆਪਣੇ ਵਿੱਚ ਨਮਕ ਨਾ ਹੋਵੇ ਉਹਨੂੰ ਦੂਜੇ ਚ ਮਿਲਾਓਗੇ ਤਾਂ ਉਹਦਾ ਅਸਰ ਕਿੰਨਾ ਖੋਊਗਾ ਇਹ ਬੀਜੇਪੀ ਨੇ ਤੈਅ ਕਰਨਾ ਕਿਉਂਕਿ ਇੰਨਾ ਵੱਡਾ ਬੰਦਾ ਜੇ ਉਹਨਾਂ ਦੇ ਵਿੱਚ ਜਾਂਦਾ ਖੁਸ਼ਤਾਉ ਕਹੇਗਾ ਮੈਨੂੰ ਦਿਓ ਉਹ ਦੇਣਾ ਚਾਣਗੇ ਨਹੀਂ ਦੇਣਾ ਚਾਣਗੇ ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਢੀਂਟਸਾ ਸਭ ਇਹਨਾਂ ਨੂੰ ਮਲਾ ਕੇ ਕੋਈ ਵੋਟਾ ਤਾਂ ਪਈਆਂ ਨਹੀਂ ਸੋ ਇਸ ਕਰਕੇ ਇਸ ਵੇਲੇ ਮੈਂ ਸਮਝਦਾ ਖਾਲੀ ਹੈ ਜਗਾ ਪੰਜਾਬ ਦੇ ਵਿੱਚ ਔਰ ਇਹ ਬੀਜੇਪੀ ਕੀ ਚਾਲਾਂ ਚੱਲਦੀ ਹੈ ਉਹਦੇ ਬਾਅਦ ਨਿਤਿਸ਼ ਕੁਮਾਰ ਜੀ ਕਿਵੇਂ ਉੱਠ ਕੇ ਆਉਂਦੇ ਹੈ ਉਹਨਾਂ ਦੇ ਨਾਲ ਕਿਵੇਂ ਮੈਂ ਵੀ ਕੁਝ ਬੰਦਿਆਂ ਨਾਲ ਕੀਤੀ ਹੈ ਗੱਲ ਜਿਹੜੀ ਗੱਲਬਾਤ ਉਧਰ ਓਪਨ ਕਰਨ ਦੇਖਣ ਉਹਨਾਂ ਨੂੰ ਵੀ ਚਾਹੀਦਾ ਹੋਣਾ ਹੈ ਪੰਜਾਬ ਦੇ ਵਿੱਚ ਨਵੀਂ ਪਾਰਟੀ ਕਿਹਦਾ ਸਹਾਰਾ ਲੈਂਦੇ ਹੈ ਕਿਉਂਕਿ ਆਪਣੀ ਪਾਰਟੀ ਤਾਂ ਇੱਥੇ ਚੱਲ ਨਹੀਂ ਸਕਦੀ ਉਹਨਾਂ ਦੀ ਪਰ ਨਵਾਂ ਜਿਹੜਾ ਕੰਬੀਨੇਸ਼ਨ ਨਵਾਂ ਬਣੇਗਾ ਹਾਂ ਉਹਦਾ ਪੰਜਾਬ ਤੇ ਅਸਰ ਆਏਗਾ ਦੋ ਚਿਹਰੇ ਜਿਹੜੇ ਪ੍ਰਧਾਨ ਮੰਤਰੀ ਦੀ ਰੇਸ ਚ ਸਾਹਮਣੇ ਆਉਂਦੇ ਨੇ ਜੇ ਨਿਤਿਸ਼ ਕੁਮਾਰ ਆ ਜਾਂਦੇ ਨੇ ਪ੍ਰਧਾਨ ਮੰਤਰੀ ਜੀ ਨੇ ਤਾਂ ਰੇਸ ਫਿਰ ਭਾਜਪੀ ਤੇ ਉਹਦੇ ਨਾਲ ਜਿਹੜੀਆਂ ਜੁੜਮੀਆਂ ਪਾਰਟੀਆਂ ਤੇ ਜਿਹੜੇ ਨਿਤਿਸ਼ ਕੁਮਾਰ ਨਾਲ ਜੁੜਦੇ ਨੇ ਉਹਨਾਂ ਦੇ ਵਿੱਚ ਹੋਏਗੀ ਕਿਉਂਕਿ ਉਸ ਵੇਲੇ ਦੇਖਿਆ ਜਾਏਗਾ ਪ੍ਰਧਾਨ ਮੰਤਰੀ ਕੌਣ ਬਣਨਾ ਹੈ ਹਾਂ ਔਰ ਜਿਹੜਾ ਪ੍ਰਧਾਨ ਮੰਤਰੀ ਨਾਲ ਜੁੜੇਗਾ ਉਹ ਹੀ ਉੱਥੇ ਮਿਨਿਸਟਰੀਆਂ ਲੈ ਸਕਦਾ ਹੈ ਸੈਂਟਰ ਚ ਔਰ ਸਾਨੂੰ ਇਹ ਸੋਚਣਾ ਚਾਹੀਦਾ ਹੈ ਬਿਹਾਰ ਦੀ ਵੀ ਕਾਫੀ ਸੌਰੀ ਰੰਧਾਵਾ ਸਾਹਿਬ ਬਿਹਾਰ ਦੀ ਕਾਫੀ ਬਿਹਾਰੀ ਪ੍ਰਾਸ ਸਾਡੇ ਕਾਫੀ ਨੇ ਪੰਜਾਬ ਚ ਹਮ ਇਹਨਾਂ ਦੀ ਕਾਫੀ ਵੋਟ ਹੈ ਲੁਧਿਆਣੇ ਚ ਤੇ ਇੰਡਸਟਰੀਅਲ ਬੈਲਚ ਤੇ ਜੀਟੀ ਰੋਡ ਦੇ ਨਾਲ-ਨਾਲ ਸੋ ਇਸ ਕਰਕੇ ਇੱਕ ਨਵਾਂ ਦ੍ਰਿਸ਼ ਬਣ ਸਕਦਾ ਹੈ ਪੰਜਾਬ ਦੇ ਅੰਦਰ ਕਿ ਵੋਟ ਕਿਵੇਂ ਬਣੇਗੀ ਕੰਬੀਨੇਸ਼ਨ ਕਿਵੇਂ ਬਣੇਗਾ ਪਰ ਪਹਿਲਾਂ ਲੜਾਈ ਪਾਰਲੀਮੈਂਟ ਦੀ ਹੋਣੀ ਹੈ ਉਹਦੇ ਬਾਅਦ ਤੈਅ ਹੋਏਗਾ ਕਿ ਸੂਬੇ ਨੂੰ ਕਿਵੇਂ ਰਾਜ ਨੂੰ ਕਿਵੇਂ ਬਚਾਉਣਾ ਹੈ ਮੈਨੂੰ ਇਹ ਜ਼ਰੂਰ ਦੱਸ ਦਿਓ ਤੁਸੀਂ ਜੇ ਇਹ ਦੋ ਧਿਰ ਲੜਾਈ ਹੋ ਜਾਂਦੀ ਹੈ ਬੀਜੇਪੀ ਬਨਾਮ ਨਿਤਿਸ਼ ਪਲੱਸ ਸਾਰੇ ਤਾਂ ਫਿਰ ਉਸ ਸਥਿਤੀ ਦੇ ਵਿੱਚ ਜੇ ਕਾਂਗਰਸ ਵੀ ਨਿਤਿਸ਼ ਵਾਲੇ ਗੱਠਜੋੜ ਨਾਲ ਖੜੀ ਹੋ ਜਾਂਦੀ ਹੈ ਮੰਨ ਲਓ ਉਹਨੂੰ ਚਿਹਰਾ ਹਾਲਾਂਕਿ ਕਾਂਗਰਸ ਤੇ ਸੰਭਾਵਨਾ ਨਹੀਂ ਉਹ ਤਾਂ ਕਹਿਣਗੇ ਕਿ ਲੀਡ ਅਸੀਂ ਕਰਾਂਗੇ ਅਸੀਂ ਸਭ ਤੋਂ ਵੱਡੀ ਪਾਰਟੀ ਆ ਸਭ ਤੋਂ ਜ਼ਿਆਦਾ ਸੂਬਿਆਂ 'ਚ ਅਸੀਂ ਆ ਪਹਿਲੀ ਗੱਲ ਤੋਂ ਸਾਈਡ ਤੇ ਖੜੇ ਰਹਿਣਗੇ ਪਰ ਚਲੋ ਆਪਾਂ ਇਹਨੂੰ ਦੋਵੇਂ ਦ੍ਰਿਸ਼ ਨੂੰ ਦੇਖ ਲੈਨੇ ਆ ਆਕਾਲੀ ਦਲ ਸਾਫ਼ ਜੈ ਹੈ ਕਿ ਬੀਜੇਪੀ ਨਾਲ ਜਾਊਗਾ ਹੁਣ ਵੀ ਉਹਨਾਂ ਰਾਸ਼ਟਰਪਤੀ ਉਹ ਉਪਰਾਸ਼ਟਰਪਤੀ ਦੀ ਚੋਣ 'ਚ ਮਦਦ ਕੀਤੀ ਤੇ ਜਿਹੜੀ ਆਮ ਆਦਮੀ ਪਾਰਟੀ ਆ ਉਹਦੇ ਨਾਲ ਨਿਤਿਸ਼ਤਾ ਮੁਕਮਕਾ ਹੋ ਜਾਊਗਾ ਜੇ ਕੇਜਰੀਵਾਲ ਦਮ ਛੱਡ ਕੇ ਹਰਿਆਣੇ ਚ ਹਿਮਾਚਲ ਦੇ ਵਿੱਚ ਹਿਮਾਚਲ ਤੇ ਗੁਜਰਾਤ ਖਾਸ ਤੌਰ ਤੇ ਸੋ ਐਸੀ ਸਥਿਤੀ ਦੇ ਵਿੱਚ ਬੀਜੇਪੀ ਪਲੱਸ ਅਕਾਲੀ ਦਲ ਇੱਕ ਹੋ ਗਿਆ ਤੇ ਆਵਾਦਵੀ ਪਾਰਟੀ ਨਿਤਿਸ਼ ਕੁਮਾਰ ਨੂੰ ਸਪੋਰਟ ਕਰਨ ਲਈ ਵੋਟ ਮੰਗੂਗੀ ਤੇ ਕਾਂਗਰਸ ਸਾਈਡ ਤੇ ਰਹੂਗੀ ਜਾਂ ਕਾਂਗਰਸ ਪਲੱਸ ਕਾਂਗਰਸ ਪਲੱਸ ਆਮ ਆਦਮੀ ਪਾਰਟੀ ਨਿਤਿਸ਼ ਦੇ ਨਾਲ ਹੋਊਗੀ ਇਸ ਤਰ੍ਹਾਂ ਦੀ ਦਿਲਚਸਪੀ ਨੂੰ ਤੁਸੀਂ ਕੋਈ ਜ਼ਬਾਨ ਦੇਵੋਗੇ ਦੇਖੋ ਤੁਸੀਂ ਠੀਕ ਕਿਹਾ ਇਹ ਇੱਕੋ ਚੀਜ਼ ਹੈ ਜਿਹੜੀ ਤੁਸੀਂ ਨਹੀਂ ਪਾਈਏ ਤੇ ਚ ਕਿ ਗੁਲਾਮ ਨਬੀ আজাদ ਜਦ ਪਾਰਟੀ ਬਣਾ ਲੈਂਦਾ ਹੈ ਹਾਂ ਔਰ ਉਹਦੇ ਨਾਲ ਫਿਰ ਕਿਹੜੇ ਕਿਹੜੇ ਕਾਂਗਰਸ ਦੇ ਨੇਤਾ ਖੜੇ ਹੁੰਦੇ ਨੇ ਨਹੀਂ ਖੜੇ ਉਹਦੇ ਫਿਰ ਤਾਂ ਕਾਂਗਰਸ ਬੱਜ ਜੇਗੀ ਉਹ ਵਿੱਚ ਚਲੀ ਜਾਏਗੀ ਜੇ ਕਾਂਗਰਸ ਦੇ ਵੱਡੇ ਨੇਤਾ ਹਰਿਆਣੇ ਚ ਹੋਰ ਸੂਬਿਆਂ ਚ ਉਹਨਾਂ ਦੇ ਨਾਲ ਖੜੇ ਹੋਣ ਲੱਗ ਗਏ ਉਹ ਪਾਰਟੀ ਦੇ ਯੂਨਿਟ ਬਣ ਗਏ ਫਿਰ ਕਾਂਗਰਸ ਬਣ ਲੱਗਦਾ ਹੈ ਇਹ ਤਾਂ ਪਹਿਲੇ ਹੀ ਲੱਗ ਰਿਹਾ ਹੈ ਕਿ ਇਹ ਕੋਈ ਆਪਣਾ ਮੋਹਰਾ ਅੱਗੇ ਕਰਨਾ ਚਾਹੁੰਦੇ ਆ ਆਪ ਰਾਹੁਲ ਗਾਂਧੀ ਨਹੀਂ ਆਏਗਾ ਪ੍ਰਧਾਨ ਨਹੀਂ ਬਣੇਗਾ ਲੇਕਿਨ ਜੇ ਇਹਨਾਂ ਨੇ ਰਾਜਸਥਾਨ ਚੋਂ ਖਿੱਚ ਲਿਆਂਦਾ ਬਾਹਰ ਚੀਫ ਮਨਿਸਟਰ ਨੂੰ ਫਿਰ ਇਹ ਨਹੀਂ ਪਤਾ ਕਿ ਪਾਇਲਟ ਤਾਂ ਚੱਲ ਸਕੇਗਾ ਰਾਜਸਥਾਨ ਕੇ ਨਹੀਂ ਭਾਜਪੀ ਫਿਰ ਕੋਸ਼ਿਸ਼ ਕਰੇਗੀ ਰਾਜਸਥਾਨ ਦੀ ਸਰਕਾਰ ਸਿੱਟ ਲਈਏ ਕਿਉਂਕਿ ਇਹਨਾਂ ਦੇ ਤਾਂ ਇਹ ਤਾਂ ਇੱਕੋ ਹੀ ਹੈ ਇਹਨਾਂ ਦਾ ਤਰੀਕਾ ਕਿ ਆਪੋਜੀਸ਼ਨ ਵਿਪੱਖ ਮੁਕਤ ਹਿੰਦੁਸਤਾਨ ਸੋ ਜਿੱਥੇ ਵੀ ਇਹ ਅਨਦਰ ਵਾਰ ਚਲੇਗਾ ਇਹ ਖਤਮ ਕਰਾਂਗੇ ਸੋ ਇਸ ਕਰਕੇ ਅਗਲੇ 2-3 ਮਹੀਨੇ ਮੈਂ ਸੰਧ ਜਨਵਰੀ ਤਾਈ ਇਹ ਥੋੜਾ ਦ੍ਰਿਸ਼ ਸਾਫ ਹੋਊਗਾ ਕਿ ਕਿੰਨਾ ਕੁ ਖੜਾ ਹੋ ਸਕਦਾ ਗਲਾਮ ਨਵੀ আজাদ ਕਿੰਨਾ ਕੁ ਰੋਸ ਹੈ ਕਾਂਗਰਸ ਦੇ ਅੰਦਰ ਇਹ ਟੱਬਰ ਸਟੇਬਲਾਈਜ਼ ਕਰ ਸਕਦਾ ਕਾਂਗਰਸ ਨੂੰ ਜਾਂ ਕਾਂਗਰਸ ਭੁਰਨੀ ਸ਼ੁਰੂ ਹੋ ਜੂਗੀ ਜੇ ਉਹ ਹੋ ਜਾਂਦੀ ਹੈ ਉਹਦਾ ਅਸਰ ਪੰਜਾਬ ਚ ਪਾਏਗਾ ਪੰਜਾਬ ਚ ਤਾਂ ਆਲਰੇਡੀ ਭੁਰ ਗਈ ਹੈ ਇਹਨਾਂ ਕੋਲ ਬਚੇ ਨਹੀਂ ਵੱਡੇ ਲੀਡਰ ਇੱਕ ਤਾਂ ਵਿਚਾਰਾ ਜੇਲ੍ਹ ਚ ਪੈਠਾ ਹੈ ਸਿੱਧੂ ਦੂਜੇ ਵੱਡੇ ਸਿੱਧੂਆਂ ਦੇ ਵੱਡੇ ਕੈਪਟਨ ਸਾਹਿਬ ਉਹ ਪ੍ਰਧਾਨ ਮੰਤਰੀ ਸਾਹਿਬ ਦੇ ਦਫ਼ਤਰ ਚੋਂ ਨਿਕਲੇ ਨੇ ਅੱਜ ਸੋ ਕਾਂਗਰਸ ਦਾ ਬਚਿਆ ਕੀ ਬਲਵੀਰ ਸਿੱਧੂ ਜਾਖੜ ਉਹ ਪ੍ਰਧਾਨ ਮੰਤਰੀ ਜੀ ਨੂੰ ਮਿਲ ਕੇ ਹਟੇ ਨੇ ਸੋ ਇਹ ਇਨਾਂ ਕੋਲ ਤਾਂ ਬਹੁਤ ਜ਼ਿਆਦਾ ਇਹਨਾਂ ਦੀ ਫੌਜ ਜਿਹੜੀ ਹੈ ਉਹ ਤਿੱਤਰ-ਪਿੱਤਰ ਹੋ ਗਈ ਹੈ ਉਹ ਅਗਲੇ ਦੋਆਂ ਤਿੰਨ ਮਹੀਨਿਆਂ ਚ ਪਤਾ ਲੱਗੇਗਾ ਇਹ ਇਕੱਠੇ ਹੋ ਸਕਦੇ ਆ ਦੁਬਾਰਾ ਸਟੇਬਲਾਈਜ਼ ਹੁੰਦੀ ਹੈ ਕਾਂਗਰਸ ਜਾਂ ਹੋਰ ਕਮਜ਼ੋਰ ਹੋ ਜਾਏਗੀ ਹੋਰ ਕਮਜ਼ੋਰ ਹੋ ਜਾਏਗੀ ਮੈਂ ਸਮਝਦਾ ਹਾਂ ਭਾਜਪਾ ਨੂੰ ਨੁਕਸਾਨ ਕਿਉਂਕਿ ਉਹਦੇ ਨਾਲ ਨਿਤਿਸ਼ ਟਕੜਾ ਹੋਏਗਾ। ਔਰ ਨਿਤਿਸ਼ ਮੁਕਾਬਲਾ ਪ੍ਰਧਾਨ ਮੰਤਰੀ ਦਾ ਕਰ ਸਕਦਾ ਹੈ, ਰਾਹੁਲ ਗਾਂਧੀ ਨਹੀਂ ਕਰ ਸਕਦਾ। ਕੀ ਪੰਜਾਬ ਨਿਤਿਸ਼ ਕੁਮਾਰ ਨੂੰ ਵਾਇਆ ਆਮ ਆਦਮੀ ਪਾਰਟੀ ਸਪੋਰਟ ਕਰ ਦੇਗਾ? ਤੁਹਾਡੀ ਵੀ ਆਪਣੀ ਪਾਰਟੀ ਰਜਿਸਟਰਡ ਹੋ ਚੁੱਕੀ ਆ। ਤੁਸੀਂ ਵੀ ਸਪੋਰਟ ਕਰ ਸਕਨੇ ਹੋ ਔਰ ਕੀ ਇਹਦੇ ਵਿੱਚ ਕਾਂਗਰਸ ਵੀ ਸ਼ਾਮਲ ਹੋ ਸਕੇ ਕਿ ਅਖੀਰ ਤੱਕ ਜਾਂਦੇ ਜਾਂਦੇ ਇਸ ਤਰ੍ਹਾਂ ਦੇ ਕਿਸੇ ਗਰੁੱਪ 'ਚ ਜਾਂ ਇਹ ਬਹੁਤ ਥਾਈ ਲੜਾਈ ਹੋਏਗੀ ਪੰਜਾਬ ਦੇ ਵਿੱਚ। ਇਹ ਚਾਰ ਕੋਣੀ ਮੁਕਾਬਲੇ ਜਾਂ ਪੰਜ ਕੋਣੇ ਮੁਕਾਬਲੇ ਵੀ ਹੋ ਸਕਦੇ ਆ ਜਿਹੜਾ ਪਾਰਲੀਮੈਂਟ ਇਲੈਕਸ਼ਨ ਚ ਤੇ ਕੋ ਕਾਂਗਰਸ ਨੂੰ ਲੱਗਦਾ ਆਪ ਨਾਲ ਫੈਸਲਾ ਕੋਈ ਨਹੀਂ ਕਰੇਗੀ ਕਿਉਂਕਿ ਕਾਂਗਰਸ ਨੂੰ ਪਤਾ ਹੈ ਕਿ ਇਹ ਸਾਨੂੰ ਖਤਮ ਕਰ ਰਿਹਾ ਜਿੰਨੀ ਜਗਾ ਛੱਡਣਗੇ ਆਪਲੇ ਸੋ ਉਹ ਤਾਂ ਲੜਨਗੇ ਲੜਨਗੇ ਪੰਜਾਬ ਚ ਆਪ ਦੇ ਖਿਲਾਫ ਇਹ ਹੁਣ ਤੈਅ ਕਰਨਾ ਪੈਣਾ ਕਿਉਂਕਿ ਕਾਂਗਰਸ ਉਹਨਾਂ ਨਾਲ ਅਲਾਈਅੰਸ ਹੈ ਬਿਹਾਰ ਦੇ ਵਿੱਚ ਨਿਤਿਸ਼ ਕੁਮਾਰ ਨਾਲ ਤੋਂ ਇਸ ਕਰਕੇ ਉਹਨਾਂ ਨੂੰ ਤੈਅ ਕਰਨਾ ਪੈਣਾ ਕਿ ਉਹ ਕਾਂਗਰਸ ਦੀ ਮਦਦ ਕਰਦੇ ਨੇ ਇਹ ਇਹਦੇ ਵਿੱਚ ਪਰ ਇਹ ਤਿੰਨ ਪਾਸਾ ਤਾਂ ਹੋਏਗਾ ਹੀ ਹੋਗਾ ਕਾਂਗਰਸ ਆਪ ਤੇ ਬੀਜੇਪੀ ਦੇ ਨਾਲ ਜੋ ਵੀ ਜੁੜਦੇ ਨੇ ਨਿਤਿਸ਼ ਆਪਣਾ ਨਹੀਂ ਖੜਾ ਕਰਨਗੇ ਪਰ ਕਾਂਗਰਸ ਨਾਲ ਹੋ ਸਕਦਾ ਹੈ ਉਹਨਾਂ ਨੂੰ ਕਹਿਣ ਕਿ ਇੱਕ ਦੋ ਤਿੰਨ ਸੀਟਾਂ ਸਾਨੂੰ ਛੱਡ ਦਿਓ ਜਾਂ ਸਾਡੇ ਨਾਲ ਜਿਹੜਾ ਹੋਰ ਕੋਈ ਮਿਲ ਰਿਹਾ ਛੱਡ ਦਿਓ ਇਹ ਹੋ ਸਕਦਾ ਹੈ ਲੇਕਿਨ ਕਾਂਗਰਸ ਆਪ ਨਾਲ ਮੈਨੂੰ ਨਹੀਂ ਲੱਗਦਾ ਫੈਸਲਾ ਕਰੇਗੀ ਕਿਉਂਕਿ ਉਹ ਤਾਂ ਜ਼ਹਿਰ ਹੈ ਉਹਨਾਂ ਲਈ ਫਿਰ ਤਾਂ ਉਹਨਾਂ ਦਾ ਮੁਖ ਲੈ ਕੰਮ ਅਸੀਂ ਇਹ ਉਮੀਦ ਕਰ ਸਕਦੇ ਹਾਂ ਕਿ ਤੁਸੀਂ ਕਿਸੇ ਵੀ ਗੱਠਜੋੜ ਵੱਲੋਂ ਆਪਣੀ ਪਾਰਟੀ ਦੇ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਹੋ ਸਕਨੇ ਹੋ ਇਹ ਅਸੀਂ ਉਮੀਦ ਕਰ ਸਕਦੇ ਹਾਂ ਇਹ ਤਾਂ ਬਹੁਤ ਹਲੇ ਦੂਰ ਦੀ ਗੱਲ ਹੈ ਔਰ ਹਲੇ ਤਾਂ ਸਿਰਫ ਇਹੀ ਸੰਕੇਤ ਦੇ ਸਕਦੇ ਹਾਂ ਕਿ ਆਹ ਕੰਬੀਨੇਸ਼ਨ ਬਣ ਸਕਦੇ ਆ ਜਿਨ੍ਹਾਂ ਨਾਲ ਤੁਸੀਂ ਨਹੀਂ ਜਾ ਸਕਦੇ ਉਹ ਹੈਗੇ ਦੇਖੋ ਭਾਜਪਾ ਦਾ ਤਾਂ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੇ ਸਰਕਾਰ ਚਲਾਈ ਹੈ ਔਰ ਸਾਡੇ ਕਿਸਾਨਾਂ ਦੇ ਵਰਕਲਾਫ ਚੱਲੇ ਨਹੀਂ ਉਹਨਾਂ ਦੇ ਨਾਲ ਤਾਂ ਕੁਝ ਫੈਸਲਾ ਕਰਨ ਦਾ ਕੋਈ ਮਤਲਬ ਨਹੀਂ ਬਣਦਾ ਜੇ ਨਮੀ ਇੱਕ ਸ਼ਕਤੀ ਉੱਪਰ ਕੇ ਆ ਰਹੀ ਹੈ ਜਿਹੜਾ ਲੱਗਦਾ ਹੈ ਕਿ ਦੇਸ਼ ਨੂੰ ਵਾਪਸ ਉੱਥੇ ਲੈ ਜਾਏ ਜਿਹੜਾ ਕਿ ਸੰਵਿਧਾਨ ਦੇ ਮੁਤਾਬਕ ਚੱਲੇ ਕਾਨੂੰਨ ਦੇ ਮੁਤਾਬਕ ਚੱਲੇ ਤਾਂ ਉਹਨਾਂ ਦੀ ਮਦਦ ਕਰਨਾ ਭਾਵੇਂ ਉਹਨਾਂ ਦੀ ਸੀਟ ਲੈ ਕੇ ਲੜੋ ਜਾਂ ਬਿਨਾਂ ਲੜੋ ਜਾਂ ਵੈਸੇ ਮਦਦ ਕਰੋ ਮੈਂ ਸਮਝਦਾ ਉਹ ਦੇਸ਼ ਦੇ ਹਿੱਤ ਚ ਹੈ ਔਰ ਪੰਜਾਬ ਦੇ ਹਿੱਤ ਚ ਹੈ ਮੇਰਾ ਖਿਆਲ ਇੱਕ ਤਸਵੀਰ ਕਾਫੀ ਤੁਸੀਂ ਹਰ ਮਾਮਲੇ ਚ ਸਾਫ ਕਰਤੀ ਆ ਤੇ ਮੈਨੂੰ ਹੁਣ ਤੁਹਾਡਾ ਧੰਨਵਾਦ ਕਰਨਾ ਚਾਹੀਦਾ ਬਹੁਤ ਮਿਹਰਬਾਨੀ बहुत बहुत मेहरबानी धन्यवाद सर